ਤੇ ਪੂਰਾ ਸਾਹਿਬ ਤੁਹਾਨੂੰ 4 ਨੰਬਰ ਚ ਮੋਸਟਲੀ ਚਾਂਸ ਹੈ ਕਿ 22 ਸਿਰ ਹੁੰਦਾ ਹੋਊਗਾ ਤੁਹਾਨੂੰ ਕੇਸ ਸਟੱਡੀ ਦੇ ਵਿੱਚ ਤਾਂ ਧਿਆਨ ਰੱਖਿਓ ਜੀ ਦਾ ਇੱਕ ਦੋ ਵਾਰੀ ਦੁਬਾਰਾ ਸੁਣ ਲਿਓ ਕਿ ਸਾਨੂੰ ਕੀਤਾ ਵੀ ਇੱਕ ਹੋਰ ਦੇਖ ਲੈਣਾ ਅੰਦਰ देखिए भाई किसान है हम लोग ने बाईस संधि एक परसेंटेज वाला वैसे सौखी होता सामने देख लो मशीन है कि तीन मशीन थोड़ी हरेक मशीन है जी 4% है बल्ब का वो डिफेक्टिव बनाती है पहलिया दोनों 4% है तीजी 5% है पहली मशीन 4% डिफेक्टिव बनाती है दूजी भी 4% डिफेक्टिव बनाती है तीजी जी 5% डिफेक्टिव बनाती है तो प्रोबेबिलिटी कढ़ो हम देखो ध्यान ना दिया उन्होंने कहते एक बल्ब पिक किया हम इतने ध्यान दो एक बल्ब पिक होया ये चीज तो बहुत जरूरी ध्यान रखना जे दो बल्ब होते फिर अपन दोनों के अकॉर्डिंग चलना पड़ना सी एक बल्ब आप किया पिक ਤੇਰੀ ਡਰਾਉਣ ਕਰ ਰਹੇ ਨੇ ਜਿੱਦਾਂ ਦੀ ਗਿਣਤੀ ਬਹੁਤ ਧਿਆਨ ਚ ਰੱਖਿਆ ਕਰੋ ਕਿੰਨੀਆਂ ਕੱਟ ਰਹੇ ਨੇ ਕੈਲਕੂਲੇਟ ਦਾ ਪ੍ਰੋਪਰਟੀ ਦੈਟ ਇਟ ਇਜ਼ ਇਫੈਕਟਿਵ ਇੱਕ ਆਪਾਂ ਬੈਗ ਸਿਲੈਕਟ ਬਲਬ ਸਿਲੈਕਟ ਕੀਤਾ ਪ੍ਰੋਪਰਟੀ ਕੱਢੋ ਇਟ ਇਜ਼ ਇਫੈਕਟਿਵ ਹੁਣ ਦੇਖੋ ਇੱਥੇ ਬਹੁਤ ਛੋਟੀ ਦੀ ਚੀਜ਼ ਦੇਖਣ ਵਾਲੀ ਆ ਆਪਾਂ ਨੇ ਕਿਹਾ ਇਵੈਂਟਸ ਆਪਾਂ ਦੇਖੋ ਕਿਵੇਂ ਬਣਾਵਾਂਗੇ ਇੱਥੇ ਤਾਂ ਪੋਸੀਬਲੀ ਪਹਿਲਾਂ ਏ ਇਵੈਂਟ ਕੀ ਹੈ ਆਪਣਾ ਕਿ ਬਲਬ ਇਜ਼ ਇਫੈਕਟਿਵ ਪ੍ਰੋਪਰਟੀ ਕੱਢੋ ਕਹਿੰਦੇ ਬਲਬ ਕੀ ਹੋਵੇ ਡਿਫੈਕਟਿਵ ਹੋਵੇ ਇੱਥੇ ਹੁਣ ਆਪਾਂ ਕੰਡੀਸ਼ਨ ਨਹੀਂ ਲਾਈ ਸਭ ਤੋਂ ਜਿਹੜੀ ਮੇਨ ਚੀਜ਼ ਦੇਖਣ ਵਾਲੀ ਆ ਇੱਥੇ ਕੰਡੀਸ਼ਨ ਨਹੀਂ ਲਾਈ ਆਪਾਂ ਨੂੰ ਕਿ ਬੈਗ ਬਲਬ ਨੇ ਮੋਸਟਲੀ ਕੁਐਸਚਨ ਇਹ ਐਨਸੀਟੀ ਦੇ ਹੈ ਕਿ ਕਹਿੰਦੇ ਬਲਬ ਡਿਫੈਕਟਿਵ ਆ ਚੁੱਕਿਆ ਆਪਾਂ ਬਲਬ ਕੱਢਿਆ ਇੱਕ ਉਹ ਦੇਖਿਆ ਤਾਂ ਕੀ ਆ ਡਿਫੈਕਟਿਵ ਸੀਗਾ ਚੱਲਦਾ ਨਹੀਂ ਸੀਗਾ ਤੇ ਪ੍ਰੋਪਰਟੀ ਕੱਢੋ ਕਿ ਉਹ ਪਹਿਲੀ ਮਸ਼ੀਨ ਨੇ ਬਣਾਇਆ ਹੋਵੇ ਜਾਂ ਦੂਜੀ ਮਸ਼ੀਨ ਨੇ ਬਣਾਇਆ ਹੋਵੇ ਜਾਂ ਤੀਜੀ ਮਸ਼ੀਨ ਨੇ ਬਣਾਇਆ ਠੀਕ ਹੈ ਇਹ ਆਪਾਂ ਲਿਖਾਂਗੇ ਕਿ ਪ੍ਰੋਡਿਊਸ ਬਾਏ ਮਸ਼ੀਨ ਏ ਏ ਮਸ਼ੀਨ ਨੇ ਬਣਾਇਆ ਜਾਂ ਬੀ ਮਸ਼ੀਨ ਨੇ ਬਣਾਇਆ ਤੇ ਜਾਂ ਫਿਰ ਸੀ ਮਸ਼ੀਨ ਨੇ ਬਣਾਇਆ ਹਨਾ ਇਹ ਆਪਣੇ ਕੋਲ ਤਿੰਨ ਪੋਸੀਬਿਲਟੀਆਂ ਬਣਦੀਆਂ ਹੁਣ ਇਹ ਕੁਐਸਚਨ ਦੇਖੋ ਕੀ ਮੈਂਸ਼ਨ ਕਿਹਾ ਇਹਨਾਂ ਨੇ ਜੇ ਆਪਾਂ ਪਹਿਲਾਂ ਵੀ ਗੱਲ ਕਰਕੇ ਆਏ ਉਹੀ ਦੁਆਰਾ ਕਿ ਪ੍ਰੋਪਰਟੀ ਕੱਢੋ ਕਿ ਬਲਬ ਡਿਫੈਕਟਿਵ ਹੋਵੇ ਮਤਲਬ ਕੱਲੀ ਏ ਦੀ ਪ੍ਰੋਪਰਟੀ ਪੁੱਛ ਰਹੇ ਹੈ ਠੀਕ ਹੈ ਪਿਛਲੇ ਸਮ ਚ ਆਪਾਂ ਕੀ ਪੁੱਛਿਆ ਸੀਗਾ ਜਿਵੇਂ ਤੁਹਾਨੂੰ ਕੀ ਪੁੱਛ ਸਕਦੇ ਹੁੰਦੇ ਆਪਾਂ ਵਿੱਚ ਤਾਂ ਹੁਣ ਇਹ ਸਮ ਚ ਦੇਖੀ ਤਾਂ ਕੀ ਪੁੱਛਿਆ ਜਾ ਸਕਦਾ ਇੱਕ ਤਾਂ ਕਹਿੰਦੇ ਪ੍ਰੋਪਰਟੀ ਕੱਢੋ ਕਿ ਬਲਬ ਡਿਫੈਕਟਿਵ ਹੋਵੇ ਠੀਕ ਹੈ ਇੱਕ ਆਪਾਂ ਨੂੰ ਕੀ ਪੁੱਛ ਸਕਦੇ ਹੋ ਜਿਹੜਾ ਆਪਾਂ ਬਲਬ ਕੱਢਿਆ ਉਹ ਡਿਫੈਕਟਿਵ ਆ ਚੁੱਕਿਆ ਉਹ ਡਿਫੈਕਟਿਵ ਸੀਗਾ ਤੇ ਪ੍ਰੋਪਰਟੀ ਕੱਢਣੀ ਕਿਹੜੀ ਮਸ਼ੀਨ ਨੇ ਬਣਾਇਆ ਹੋਵੇ ਉਹ ਪਹਿਲੀ ਮਸ਼ੀਨ ਨੇ ਬਣਾਇਆ ਇਹ ਕਹਿ ਸਕਦੇ ਆਪਾਂ ਨੂੰ ਠੀਕ ਹੈ ਜਾਂ ਫਿਰ ਇਹਦੇ ਨਾਲ ਦੇ ਤਿੰਨ ਪੋਸੀਬਿਲਟੀਆਂ ਹੋਰ ਹੁੰਦੀਆਂ ਕਿ ਦੂਜੀ ਮਸ਼ੀਨ ਨੇ ਬਣਾਇਆ ਹੋਵੇ ਤੀਜੀ ਨੇ ਬਣਾਇਆ ਹੋਵੇ ਤਾਂ ਇਹ ਪੋਸੀਬਿਲਟੀਆਂ ਹੈ ਜਾਂ ਫਿਰ ਕੀ ਪੁੱਛ ਸਕਦੇ ਆਪਾਂ ਨੂੰ ਆ ਵੀ ਪੁੱਛ ਸਕਦੇ ਹੋ ਕਿ ਪਹਿਲੀ ਮਸ਼ੀਨ ਨੇ ਬਲਬ ਬਣਾਇਆ ਵਾ ਪ੍ਰੋਬੇਬਿਲਟੀ ਕੱਢੋ ਕਿ ਉਹ ਡਿਫੈਕਟਿਵ ਹੋਵੇ ਕਈ ਵਾਰ ਇਹ ਤੇ 22 ਸਿਰੂ ਲਾ ਦਿੰਦੇ ਆ ਆ ਚੀਜ਼ ਇੱਥੇ 22 ਸਿਰੂ ਲਾਉਣ ਦੀ ਲੋੜ ਨਹੀਂ ਕਿਉਂਕਿ ਇਹਦੀ ਪ੍ਰੋਬੇਬਿਲਟੀ ਤੁਹਾਨੂੰ ਸਿੱਧੀ ਦਿੱਤੀ ਗਈ ਹੈ ਸਟੇਟਮੈਂਟ 'ਚ ਇਹਦਾ ਮਤਲਬ ਕੀ ਬਣਦਾ ਕਹਿੰਦੇ ਫਾਈਂਡ ਦਾ ਪ੍ਰੋਬੇਬਿਲਟੀ ਦਾ ਬਲਬ ਇਜ਼ ਡਿਫੈਕਟਿਵ ਐਂਡ ਪ੍ਰੋਡਿਊਸ ਬਾਈ ਦਾ ਮਸ਼ੀਨ ਏ ਕਹਿੰਦੇ ਇਹ ਪ੍ਰੋਡਿਊਸ ਏ ਨੇ ਕੀਤਾ ਹੋਵੇ ਤੇ ਉਹਦਾ ਡਿਫੈਕਟਿਵ ਹੋਣ ਦੀ ਪ੍ਰੋਬੇਬਿਲਟੀ ਕੱਢੋ ਕੀ ਹੋਏਗੀ ਤਾਂ ਉਹਦਾ ਬੁੱਧ ਦਿੱਤੀ ਵੀ ਆ ਉਹ 'ਚ 22 ਸਿਰੂ ਕਿਹੜਾ ਹੋਣਾ ਤਾਂ ਪਤਾ ਹੀ ਆਪਾਂ ਕਿੰਨੀ ਆ 4% ਤਾਂ ਮੈਂ ਤਾਂ ਹੀ ਤੁਹਾਨੂੰ ਜ਼ੋਰ ਦੇ ਕੇ ਉਦੋਂ ਪਹਿਲਾਂ ਵੀ ਸਮਝਾਉਂਦਾ ਹੁੰਦਾ ਸੀ ਜੀ ਨੂੰ ਕਿ ਤੁਹਾਨੂੰ ਈਵੈਂਟਸ ਨੂੰ ਬੋਲ ਬਣਾਉਣਾ ਚਾਹੀਦਾ ਵਾ ਨਹੀਂ ਤੁਹਾਡੇ ਸਾਹਮਣੇ ਬਹੁਤ ਗਲਤ ਆ ਚਾਹ ਗਲਤ ਆਉਂਦੇ ਚਾਂਸ ਪ੍ਰੋਬੇਬਿਲਟੀ ਕੱਢੋ ਕਿ ਬਲਬ ਜਿਹੜਾ ਉਹ ਦੂਜੀ ਮਸ਼ੀਨ ਦਾ ਬਣਾਇਆ ਹੋਇਆ ਡਿਫੈਕਟਿਵ ਹੋਵੇ
बी मशीन का बनाया बल्ब डिफेक्टिव हो गया प्रॉबिलिटी, तो यदि प्रॉबिलिटी दी भी है कोई क्ढन की लड़ नहीं। जब पूछ सकते हैं कि प्रॉबिलिटी क्डो कि बल्ब तीजी मशीन का बनाया हुआ डिफेक्टिव हो गए, तो यदि प्रॉबिलिटी भी गिवन यदि क्ढन की लड़ नहीं है। ठीक है, क्ढन की यही लड़ आ यही कि जब उन्होंने कहता कि ए इवेंट हो चुके हैं डिफेक्टिव सी बल्ब तो वह मशीन पहली ने बनाया हो यदि प्रॉबिलिटी की है तुम पहली मशीन है जी यदि प्रॉबिलिटी उन्होंने बाईस नाल करनी पड़ी है किमें ईवन ए बाई ईवन ओवर दे विचो ए दी प्रॉबिलिटी लगेगी। ए दी प्रॉबिलिटी कितनी होती है हुण जे आपां सीधा इमेज सामने पुछिया सी किंदे प्रॉबिलिटी कड्डो कि बल्ब डिफेक्टिव हो गए तो बल्ब डिफेक्टिव होने की पॉसिबिलिटी की है पहली मशीन ने बनाया वो डिफेक्टिव हो जाए प्लस दूजी पॉसिबिलिटी की है दूजी मशीन ने बनाया तो वह डिफेक्टिव हो जाए या थर्ड पॉसिबिलिटी की है तीन पॉसिबिलिटी ने तीन मशीन तीजी मशीन ने बनाया बल्ब और डिफेक्टिव हो गए। ठीक है आ प्रॉब्लम तो ईवन ए टू की प्रॉपर्टी आ रही थी आ ईवन की प्रॉपर्टी है 50% मशीन बल्ब बनाती है 50/100 इसको एक्सपेंड करके ई टू की 25 है ई थ्री की प्रॉपर्टी 25% है आ प्रॉब्लम आ गई भाई ए बाई टू की तो यह सारी तुम्हें वैल्यू गिवन है तो बस जस्ट भरनी है ये। ठीक है तो वैल्यू इतने भर दो तो जे अपन ए की प्रॉपर्टी पूछी है तो आ सारा ओवर चला दो ए की प्रॉपर्टी जो भी होगी जैसे सीधा भी ए लिख सकते हो इतने पी ए जब बी ए जो एक्सपैंड करके लिखा सर आपको थले लिख देना। ठीक है तो ए प्रॉपर्टी अपने को आ जाएगी तीनों या चार भी अपन पूछी तो मैं यही मैं चीज समझा रहा हूँ चंकी तरह दिमाग उठावे कि पूछा की जा रहा है अकॉर्डिंग चल रहा ना आए नहीं कि धक्के जाए बाईस किलोम का फॉर्मूला आता तो बच्चों को तो थोड़े सब गलत होने के चांस ज्यादा हो गए सही तो ਅੱਗੇ ਦੇਖ ਲੈਂਦੇ ਇੱਕ ਹੋਰ ਸਾਨੂੰ ਕਰ ਲੈਂਦੇ ਬਾਈਸ ਦਾ ਚਲ ਇੱਕ ਹੋਰ ਸਾਨੂੰ ਦੇਖੋ ਬਾਈਸ ਦੇ ਹੁੰਦੇ ਐਨ ਸੀ ਆਰ ਟੀ ਦੇ ਐਗਜ਼ਾਮਪਲਸ ਠੀਕ ਹੈ ਐਨ ਸੀ ਆਰ ਟੀ ਦੇ ਜਿਹੜੇ ਮਸਟੀਨੀਅਸ ਦੇ ਐਗਜ਼ਾਮਪਲ ਸਪੈਸ਼ਲੀ ਉਹ ਪੇਪਰ 'ਚ ਬਹੁਤ ਵਾਰੀ ਆਉਂਦੀਆਂ ਵਾ ਅਤੇ ਮਸਟੀਨੀਅਸ ਐਕਸਲ ਪ੍ਰੋਬਲਮ ਦੀ ਚੰਗੀ ਤਰ੍ਹਾਂ ਕਰ ਲਿਓ ਸਾਰਾ ਕੋਈ ਪ੍ਰੋਬਲਮ ਨਹੀਂ ਆ ਤਾਂ ਆਪਦੇ ਪੇਪਰ ਦੇ ਉੱਤੇ ਪੁੱਛ ਲਓ। ਇੱਕ ਸਾਹਮਣਾ ਕਹਿੰਦੇ ਬੈਕਗ੍ਰਾਉਂਡ ਦੇ ਵਿੱਚ 3 ਰੈੱਡ ਤੇ 7 ਬਲੈਕ ਆ ਇੱਕ ਬੈਗ ਦਿੱਤਾ ਵਾ ਨੂੰ ਬੈਗ ਆ ਉਹ ਚ 3 ਰੈੱਡ ਤੇ 7 ਬਲੈਕ ਆ ਬੋਲਾ 10 ਬੋਲਾ ਬੈਗ ਦੇ ਵਿੱਚ ਦੋ ਬੋਲਾ ਫੇਰ ਕੱਢੀਆਂ ਵੇ ਕਿਉਂਕਿ ਆ ਚੀਜ਼ ਤੇ ਬਹੁਤ ਧਿਆਨ ਦੇਣਾ ਤਾਂ ਕਿ ਬੋਲਾ ਕਿੰਨੀਆਂ ਕੱਢ ਰਹੇ ਆ। ਠੀਕ ਹੈ ਕਿਉਂਕਿ ਇਹਦੇ ਅਕੋਰਡਿੰਗ ਆਪਾਂ ਪ੍ਰੋਬੇਬਿਲਿਟੀ ਕੱਢਦੀ ਹੁੰਦੀ ਹੈ ਤਾਂ ਬੋਲਾ ਆਪਾਂ ਕਿੰਨੀ ਕੱਢ ਰਹੇ ਆ 2 ਬੋਲਸ 1/1 ਵਿਦਆਊਟ ਰਿਪਲੇਸਮੈਂਟ ਮੈਂਸ਼ਨ ਕਰਦਾ ਕਿ ਦੋ ਬੋਲਾਂ ਕੱਢੀਆਂ ਆਪਾਂ ਕੱਢੀਆਂ ਕਿਵੇਂ ਆਪਾਂ ਵਿਦਆਊਟ ਰਿਪਲੇਸਮੈਂਟ ਜੇ ਬੋਲ ਕੱਢ ਕੇ ਸਾਈਡ ਤੇ ਰੱਖੀ ਫਿਰ ਦੂਜੀ ਬੋਲ ਚੁੱਕੀ ਹੈ ਵਿਦਆਊਟ ਰਿਪਲੇਸਮੈਂਟ ਤੇ ਇਫ ਦਾ ਸੈਕਿੰਡ ਬੋਲ ਹੈਪਨ ਟੂ ਬੀ ਰੈੱਡ ਦੂਜੀ ਬੋਲ ਰੈੱਡ ਆ ਚੁੱਕੀ ਹੈ ਹੈਪਨ ਟੂ ਬੀ ਦਾ ਮਤਲਬ ਕਹਿੰਦੇ ਜੇ ਦੂਜੀ ਬੋਲ ਰੈੱਡ ਹੋਵੇ ਜਾਂ ਆ ਜਾਏ ਰੈੱਡ ਤਾਂ ਇਹ ਏ ਇਵੈਂਟ ਹੋ ਗਿਆ ਆਪਣਾ। ਠੀਕ ਹੈ ਏ ਆਪਾਂ ਜਿਹੜਾ ਚਾਹੀਦਾ ਉਹ ਮਿਲ ਗਿਆ ਕਿ ਜਿੱਥੇ ਹੈਪਨ ਟੂ ਬੀ ਜਾਂ ਫਾਊਂਡ ਟੂ ਬੀ ਲਿਖਿਆ ਹੁੰਦਾ ਨਾ ਉਹਦਾ ਏ ਇਵੈਂਟ ਹੋ ਚੁੱਕਿਆ ਕਿ ਸੈਕਿੰਡ ਬੋਲ ਰੈੱਡ ਆ ਇਹ ਪ੍ਰੋਬੇਬਿਲਿਟੀ ਆਪਣੀ ਮੇਨ ਇਵੈਂਟ ਹੋ ਗਿਆ ਸੈਕਿੰਡ ਬੋਲ ਰੈੱਡ ਹੋ ਗਿਆ। ਠੀਕ ਹੈ ਈਵਨ ਇਨ ਟੂ ਕੀ ਹੋਣਗੇ ਉਹ ਜਿਹਦੀ ਪ੍ਰੋਬੇਬਿਲਿਟੀ ਪੁੱਛ ਰਹੇ ਉਹ ਤੋਂ ਪਤਾ ਲੱਗਦਾ ਨਾ ਕਿਹਦੀ ਪ੍ਰੋਬੇਬਿਲਿਟੀ ਪੁੱਛ ਰਹੇ ਆਪਾਂ ਫਾਈਂਡ ਦਾ ਪ੍ਰੋਬੇਬਿਲਿਟੀ ਦਾ ਫਸਟ ਬੋਲ ਇਜ਼ ਆਲਸੋ ਰੈੱਡ ਪ੍ਰੋਬੇਬਿਲਿਟੀ ਕੱਢੋ ਕਿ ਫਸਟ ਬੋਲ ਵੀ ਰੈੱਡ ਹੋ ਗਈ ਤਾਂ ਮਤਲਬ ਈਵਨ ਆਪਾਂ ਮਿਲ ਗਿਆ ਕਿ ਫਸਟ ਬੋਲ ਰੈੱਡ ਆ ਪਰ ਇਹ ਨਾਲ ਦੀ ਸੈਕਿੰਡ ਪੋਸੀਬਿਲਿਟੀ ਕੀ ਹੋ ਸਕਦੀ ਜ਼ਰੂਰੀ ਤਾਂ ਹਮੇਸ਼ਾ ਫਸਟ ਬੋਲ ਰੈੱਡ ਹੀ ਹੋਊਗੀ ਤਾਂ ਫਸਟ ਬੋਲ ਰੈੱਡ ਵੀ ਹੋ ਸਕਦੀ ਹੈ ਤੇ ਫਸਟ ਬੋਲ ਬਲੈਕ ਵੀ ਹੋ ਸਕਦੀ ਹੈ। ਠੀਕ ਹੈ ਇਹ ਆਪਣੀਆਂ ਦੋ ਈਵੈਂਟਸ ਹੋ ਗਏ ਜਿਹੜੇ ਈਵਨ ਇਨ ਟੂ ਆ ਤਾਂ ਸਭ ਤੋਂ ਪਹਿਲਾ ਕੰਮ ਤੇ ਸਭ ਤੋਂ ਮੇਨ ਕੰਮ ਇਹੀ ਆ ਈਵੈਂਟ ਸਿਲੈਕਟ ਕਰਨੇ। ਅਗਰ ਤੁਹਾਨੂੰ ਈਵੈਂਟ ਸਿਲੈਕਟ ਕਰਨੇ ਆ ਗਏ ਉਦੋਂ ਕੰਮ ਅੱਧਾ ਰਹਿ ਜਾਂਦਾ ਬਸ ਅੱਧਾ ਇੱਕ ਸਾਲ ਕੰਮ ਇੱਥੇ ਰੁਕਿਆ ਖਤਮ ਹੋ ਜਾਂਦਾ। ਹੁਣ ਆਪਾਂ ਪੁੱਛ ਕੀ ਰਹੇ ਦੇਖੋ ਉਹ ਕਹਿੰਦੇ ਏ ਈਵੈਂਟ ਅਕਰ ਹੋ ਚੁੱਕਿਆ ਵਾ ਸੈਕਿੰਡ ਰੈੱਡ ਆ ਚੁੱਕੀ ਹੈ ਤਾਂ ਪ੍ਰੋਬੇਬਿਲਿਟੀ ਕੱਢਣੀ ਕਿ ਪਹਿਲੀ ਬੋਲ ਵੀ ਰੈੱਡ ਹੋ ਗਈ ਆਹ ਪੁੱਛ ਰਹੇ ਆ ਤੁਹਾਨੂੰ ਜੇ ਮੈਂ ਫਾਰਮੂਲਾ ਲਿਖ ਦੇ ਰਿਹਾ ਸੀ ਚਾਰ ਚੀਜ਼ਾਂ ਦੀ ਲੋੜ ਹੁੰਦੀ ਹੈ ਆਪਾਂ ਤਾਂ ਚਾਰੋਂ ਚੀਜ਼ਾਂ ਕਿਹੜੀਆਂ ਵਾ ਈਵਨ ਈ ਟੂ ਹੁਣ ਬੋਲਣਾ ਤੁਹਾਨੂੰ ਬਹੁਤ ਵਾਰ ਦੱਸ ਚੁੱਕਿਆ ਮੈਂ ਤੁਸੀਂ ਆਪੇ ਬੋਲ ਕੇ ਦੇਖਿਆ ਨੂੰ ਇਹਦਾ ਮਤਲਬ ਕੀ ਮਤਲਬ ਲਿਖ ਰਿਹਾ ਮੈਂ ਹੁਣ ਪ੍ਰੋਬੇਬਿਲਿਟੀ ਆਉਣਾ ਮੈਂ ਸਿੱਧਾ ਈਵੈਂਟਸ ਨੂੰ ਬੋਲ ਕੇ ਦੱਸੂਗਾ ਈਵਨ
ਪਹਿਲੀ ਬਾਲ ਰੈੱਡ ਆ ਜੇ ਹੁਣ ਸਿੰਪਲ ਇੱਥੇ ਆਣਾ ਆਪਾਂ ਕੱਢੀਏ ਵੈਸੇ ਦੋ ਬਾਲਾਂ ਦਾ ਪਰ ਜਦੋਂ ਈਵਨ ਕਹਿੰਦਾ ਨਹੀਂ ਪਹਿਲੀ ਬਾਲ ਰੈੱਡ ਆਵੇ ਤਾਂ ਆਪਾਂ ਸਿਰਫ ਇਹੀ ਸੋਚਾਂਗੇ ਕਿ ਪਹਿਲੀ ਬਾਲ ਜਦੋਂ ਆਪਾਂ ਕੱਢ ਰਹੇ ਸੀ ਤਾਂ ਪਹਿਲੀ ਬਾਲ ਰੈੱਡ ਆਉਣ ਦੀ ਪ੍ਰੋਬੈਬਿਲਟੀ ਤਾਂ ਪਹਿਲੀ ਬਾਲ ਰੈੱਡ ਆਉਣ ਦੀ ਪ੍ਰੋਬੈਬਿਲਟੀ ਕੀ ਹੈ ਤਿੰਨ ਰੈੱਡ ਆ ਸੱਤ ਬਲੈਕ ਆ ਤਾਂ 3/n ਪਹਿਲੀ ਰੈੱਡ ਸੈਕਿੰਡ ਬਾਲ ਰੈੱਡ ਆ ਫਸਟ ਬਾਲ ਬਲੈਕ ਆ ਪਹਿਲੀ ਬਾਲ ਬਲੈਕ ਆਵੇ ਜਦੋਂ ਆਪਾਂ ਕੱਲੀ ਪਹਿਲੀ ਬਾਲ ਕੱਢ ਰਹੇ ਹਾਂ ਤਾਂ ਉਦੋਂ ਪਹਿਲੀ ਬਾਲ ਬਲੈਕ ਆਉਣ ਦੇ ਚਾਂਸ 7/10 ਠੀਕ ਹੈ ਕਿਉਂਕਿ ਅਜੇ ਆਪਾਂ ਪਹਿਲੀ ਉੱਪਰ ਹੀ ਕੱਢ ਰਹੇ ਸੀ ਦੋ ਨਹੀਂ ਕੱਢ ਰਹੇ ਇੱਥੇ ਬੋਲਾਂ ਜਦੋਂ ਆਪਾਂ ਈਵੈਂਟ ਸਿਲੈਕਟ ਕੀਤੇ ਦੇ ਵਿੱਚ ਆਪਾਂ ਸਿਰਫ ਇੱਕ ਬਾਲ ਹੀ ਮੈਂਸ਼ਨ ਕੀਤੀ ਹੈ ਹੁਣ ਏ ਅਕਰ ਹੋ ਜੇ ਸੈਕਿੰਡ ਬਾਲ ਵੀ ਰੈੱਡ ਆਵੇ ਠੀਕ ਹੈ ਪਰ ਇਹ ਕਹਿੰਦੇ ਪਹਿਲੀ ਬਾਲ ਰੈੱਡ ਆ ਚੁੱਕੀ ਆ ਆਲਰੇਡੀ ਕਿ ਪਹਿਲੀ ਬਾਲ ਆਪਾਂ ਮੰਨ ਕੇ ਚੱਲਾਂ ਵੀ ਰੈੱਡ ਆ ਚੁੱਕੀ ਆ ਹੁਣ ਪਹਿਲੀ ਬਾਲ ਰੈੱਡ ਆਉਣ ਤੋਂ ਬਾਅਦ ਸੈਕਿੰਡ ਬਾਲ ਰੈੱਡ ਆਵੇ ਹੁਣ ਇੱਥੇ ਵੀ ਧਿਆਨ ਦੇਣਾ ਕਿ ਆਪਣਾ ਜਿਹੜਾ ਏ ਇਵੈਂਟ ਆ ਉਹ ਕੀ ਆ ਸਿਰਫ ਇੱਕ ਬਾਲ ਹੀ ਕੱਢ ਰਹੇ ਹਾਂ ਉੱਥੇ ਵੀ ਆਪਾਂ ਕਿਹੜੀ ਬਾਲ ਕੱਢ ਰਹੇ ਹਾਂ ਦੂਜੀ ਬਾਲ ਕੱਢ ਰਹੇ ਹਾਂ ਤੇ ਆਪਾਂ ਇੱਥੇ ਏ ਲੈਟ ਕਰ ਚੁੱਕੇ ਕਿਉਂਕਿ ਪਹਿਲੀ ਆ ਚੁੱਕੀ ਆ ਮਤਲਬ ਹੁਣ ਪਹਿਲੀ ਬਾਲ ਜੇ ਰੈੱਡ ਆ ਚੁੱਕੀ ਆ ਤਾਂ ਪਿੱਛੇ ਕਿੰਨੀਆਂ ਰਹਿਣੀਆਂ ਹੁਣ ਆਪਾਂ ਇੱਥੇ ਆ ਨਹੀਂ ਲਾਉਣਾ ਆ ਇਹਨਾਂ ਲਾ ਦੇ ਵੀ ਈਵਨ ਏ ਬਾਈ ਈਵਨ ਆ ਨਹੀਂ ਹੁੰਦੀ ਬਾਲ ਪ੍ਰੋਬੈਬਿਲਿਟੀ ਕਿਉਂਕਿ ਪਹਿਲੀ ਬਾਲ ਰੈੱਡ ਆ ਚੁੱਕੀ ਹੈ ਜਿਹਦੀ ਆ ਹੋ ਹੀ ਚੁੱਕਿਆ ਇਵੈਂਟ ਉਹ ਆਪਾਂ ਨਾਲ ਨਹੀਂ ਲਾਉਂਦੇ ਆਪਾਂ ਸਿਰਫ ਕੀ ਦੇਖਾਂਗੇ ਕਿ ਸੈਕਿੰਡ ਬਾਲ ਰੈੱਡ ਆ ਹੁਣ ਸੈਕਿੰਡ ਬਾਲ ਰੈੱਡ ਆਉਣ ਦੀ ਪ੍ਰੋਬੈਬਿਲਿਟੀ ਕੀ ਹੋਏਗੀ ਦੇਖੋ ਈਵਨ ਬਾਈ ਈਵਨ ਹੋ ਚੁੱਕਿਆ ਈਵਨ ਹੋਣ ਦਾ ਮਤਲਬ ਰੈੱਡ ਬਾਲ ਪਹਿਲੀ ਆ ਗਈ ਆ ਤਾਂ ਪਹਿਲੀ ਰੈੱਡ ਆ ਗਈ ਤਾਂ ਪਿੱਛੇ ਦੋ ਰੈੱਡ ਰਹਿ ਗਈਆਂ ਸੱਤ ਬਲੈਕ ਰਹਿ ਗਈਆਂ ਤਾਂ ਹੁਣ ਇਹਦੇ ਵਿੱਚੋਂ ਆਪਾਂ ਕਰਨਾ ਬੈਂਕ ਦੇ ਵਿੱਚੋਂ ਦੂਜੀ ਬਾਲ ਰੈੱਡ ਆ ਤਾਂ ਦੂਜੀ ਬਾਲ ਰੈੱਡ ਆਉਣ ਦੀ ਪ੍ਰੋਬੈਬਿਲਿਟੀ 2/n ਏ ਬਾਈ ਈ2 ਈ2 ਹੋ ਚੁੱਕਿਆ ਮਤਲਬ ਪਹਿਲੀ ਬਾਲ ਬਲੈਕ ਆ ਗਈ ਆ ਹੁਣ ਬਲੈਕ ਕਿੰਨੀਆਂ ਰਹਿ ਗਈਆਂ 6 ਰੈੱਡ ਪੂਰੀਆਂ 3 ਬਣ ਗਈਆਂ ਤਾਂ ਹੁਣ ਇਹਦੇ ਵਿੱਚੋਂ ਸੈਕਿੰਡ ਬਾਲ ਰੈੱਡ ਆਉਣ ਦੀ ਪ੍ਰੋਬੈਬਿਲਿਟੀ 3/9 ਠੀਕ ਹੈ ਆਹ ਤਿੰਨ ਪੋਸੀਬਿਲਿਟੀਜ਼ ਆਪਣੇ ਕੋਲ ਹਨ ਤੇ ਇਹਦੇ ਬਾਅਦ ਬਸ ਇਹਦੀਆਂ ਵੈਲਿਊ ਭਰ ਦੇਣੀਆਂ ਇਹਦੇ ਵਿੱਚ ਫਾਰਮੂਲੇ 'ਚ ਤਾਂ ਆਨਸਰ ਆਪਣਾ ਮਿਲ ਜਾਵੇ ਠੀਕ ਹੈ ਵੈਸੇ ਇਹ ਬੋਲਾਂ ਦੋ ਕੱਢੀਆਂ ਸੀ ਪਰ ਦੋ ਆਪਾਂ ਜ਼ਿਆਦਾਤਰ ਜਿਹੜੇ ਈਵੈਂਟ ਸਿਲੈਕਟ ਕੀਤੇ ਉਹ ਸਿੰਗਲ ਸਿੰਗਲ ਬਾਲ ਹੀ ਹੋ ਗਈ ਹੈ ਦੁਬਾਰਾ ਠੀਕ ਹੈ ਤਾਂ ਕਿ ਉਹ ਮਲਟੀਪਲੇਅਰ ਵਾਲਾ ਰੋਲ ਨਹੀਂ ਲਾਉਣ ਦੀ ਲੋੜ ਪੈਣੀ ਇੱਥੇ ਕਿਉਂਕਿ ਆਪਾਂ ਕੰਬਾਈਨਲੀ ਦੋ ਬਾਲਾਂ ਕੱਢ ਹੀ ਨਹੀਂ ਰਹੇ ਇੱਕ ਬਾਲ ਕੱਢ ਰਹੇ ਹਾਂ ਠੀਕ ਹੈ ਫਿਰ ਆ ਜਿਹੜੀ ਪ੍ਰੋਬਰਟੀ ਆਪਾਂ ਦੇਖ ਰਹੇ ਜਦੋਂ ਹੁਣ ਇਹ 'ਚ ਆਪਾਂ ਮੰਨ ਚੁੱਕੇ ਕਿ ਪਹਿਲੀ ਈਵੈਂਟ ਹੋ ਚੁੱਕਿਆ ਜਦੋਂ ਪਹਿਲਾਂ ਹੋ ਚੁੱਕਿਆ ਤਾਂ ਉਦੋਂ ਸਿਰਫ ਆਪਾਂ ਸੈਕਿੰਡ ਈਵੈਂਟ ਦੀ ਪ੍ਰੋਬਰਟੀ ਦੇਖ ਰਹੇ ਹਾਂ ਤਾਂ ਉਹਦੇ ਅਕੋਰਡਿੰਗ ਹੀ ਆਪਾਂ ਵੈਲਿਊ ਲੈਣੀਆਂ ਪੈਣੀਆਂ ਇੱਥੇ ਠੀਕ ਹੈ ਮਲਟੀਪਲਾਈ ਦੇ 'ਚ ਨਹੀਂ ਲਾਉਣਾ ਹੋਰ ਦੇਖੋ ਕੋਈ ਸਾਹਿਬ ਦਿੱਕਤ ਹੈ ਮੈਂ ਸਿਰਫ ਲਿਖ ਦੇ ਇੱਕ ਬੈਗ ਵਾਲੀ ਫਿਰ ਇੱਕ ਸਾਨੂੰ ਦੋ ਬੈਗ ਕਹਿੰਦੇ ਇੱਕ ਤੇ ਦੋ ਚਾਰ ਇੰਨੀਆਂ ਬੋਲਾਂ ਉਹਨਾਂ ਵਿੱਚ ਇੱਕ ਬਾਲ ਕੱਢੀ ਆਪਾਂ ਤੇ ਵਾਈਟ ਆ ਚੁੱਕੀ ਆ ਤਾਂ ਪ੍ਰੋਪਰ ਜਿਹੜੀ ਡਰੋਨ ਫਰੋਮ ਦ ਬੈਗ ਵਨ ਸੇਮ ਹੀ ਇੱਥੋਂ ਕਰ ਚੁੱਕੇ ਆਪਾਂ ਇੱਕ NCERT ਵਾਲਾ ਕੁਐਸਚਨ ਸੀ ਹੈ ਕਹਿੰਦੇ ਤਿੰਨ ਕੁਆਇਨ ਆ ਹਾਂ ਸਰ ਇੱਕ ਆਇਚ ਰਹਿ ਗਿਆ ਤੁਹਾਨੂੰ ਦੱਸਣ ਵਾਲੀ ਚੀਜ਼ ਮੈਂ ਕਿ ਜੇ ਆਪਾਂ ਸਿੰਪਲ ਕੁਐਸਚਨ ਲੈਂਦੇ ਕਿ ਸੈਕਿੰਡ ਬਾਲ ਰੈੱਡ ਆਵੇ ਆਪਾਂ ਨੂੰ ਹੁਣ ਇਹ 'ਚ ਮੈਂਸ਼ਨ ਸੀਗਾ ਨਾ ਕਿ ਸੈਕਿੰਡ ਬਾਲ ਰੈੱਡ ਆ ਚੁੱਕੀ ਹੈ ਜੇ ਆਪਾਂ ਸਿੰਪਲ ਕੁਐਸਚਨ ਕੇ ਫਾਈਂਡ ਦਾ ਇਹ ਪਿਛਲੇ ਸਮ 'ਚ ਕਿ ਪ੍ਰੋਬੈਬਿਲਟੀ ਆਫ ਦਾ ਸੈਕਿੰਡ ਬਾਲ ਰੈੱਡ ਤਾਂ ਉਹ ਏ ਦੀ ਪ੍ਰੋਬੈਬਿਲਟੀ ਪੁੱਛ ਲਏ ਫਿਰ ਉੱਥੇ ਆਪਾਂ ਮਲਟੀਪਲਾਈ ਵਾਲਾ ਲਾਉਣਾ ਸੀ ਜਿਵੇਂ ਈਵਨ ਤੋਂ ਬਾਅਦ ਏ ਹੋ ਜੇ ਪ੍ਰੋਬੈਬਿਲਟੀ ਉਹੀ ਵਰਤਣੀਆਂ ਪੈਣੀਆਂ ਚਾਰ ਗੱਡੀਆਂ ਨੂੰ ਬਸ ਇੱਥੇ ਮਲਟੀਪਲਾਈ 'ਚ ਲਿਖ ਦਿੰਦਾ ਈਵਨ ਜਾਂ ਫਿਰ ਈ2 ਤੋਂ ਬਾਅਦ ਏ ਹੋ ਜੇ ਇਹ ਸੈਕਿੰਡ ਬਾਲ ਰੈੱਡ ਆਉਣ ਦੀ ਪ੍ਰੋਬੈਬਿਲਟੀ ਆ ਠੀਕ ਹੈ ਪਰ ਜਿਹੜੀ ਆਪਾਂ ਨੂੰ ਚੀਜ਼ ਪੁੱਛੀ ਸੀ ਇਹ ਪੁੱਛੀ ਸੀਗੀ ਕਿ ਸੈਕਿੰਡ ਰੈੱਡ ਆ ਚੁੱਕੀ ਆ ਇਹ ਆ ਚੁੱਕੀ ਆ ਪਹਿਲੀ ਬਾਲ ਵੀ ਰੈੱਡ ਹੋ ਗਈ ਉਹ ਆ ਪੁੱਛਿਆ ਸੀ ਉਹ ਤਾਂ ਬਾਰੇ ਸਿਰਫ ਆਪਾਂ ਪੂਰੀ ਰਹੀ ਸੀ ਇਹ 'ਚ ਕਹਿੰਦਾ ਥੱਲੇ ਵਾਲਾ ਲਾਉਣਾ ਵਾ ਜੇ ਸੈਕਿੰਡ ਬਾਲ ਰੈੱਡ ਪੁੱਛ ਲਈਏ ਇੱਕ ਕੁਆਇਨ ਆ ਕਹਿੰਦੇ 2-headed ਕੁਆਇਨ ਆ ਇੱਕ ਬਾਇਸਡ ਆ ਤੇ ਇੱਕ ਹੈਗਾ ਅਨਬਾਇਸਡ ਠੀਕ ਹੈ ਤਿੰਨ ਕੁਆਇਨ ਆ ਇੱਕ 2-headed ਆ 2-headed ਦਾ ਮਤਲਬ ਦੋਨੋਂ ਪਾਸੇ ਦੇ ਹੈਂਡ 2-headed ਆ ਇੱਕ ਬਾਇਸਡ ਆ ਬਾਇਸਡ ਦਾ ਮਤਲਬ ਹੁੰਦਾ ਜਿਸ ਚੇਂਜਸ ਕੀਤੀਆਂ ਹੁੰਦੀਆਂ ਨੇ ਉਹਨੇ ਤਾਂ ਉਹ ਚੇਂਜਸ ਕੀ ਕੀਤੀਆਂ 75% ਹੈਂਡ ਆ ਰਿਹਾ ਅੱਜ ਤੇ ਜਿਹੜਾ ਤੀਜਾ ਕੁਆਇਨ ਆ
ਉਹ ਅਨਬਾਇਸਡ ਹੈ, ਅਨਬਾਇਸਡ ਦਾ ਮਤਲਬ ਉਹ ਸਹੀ ਆ, ਠੀਕ ਹੈ, ਉਹ ਚ ਬਰਾਬਰ ਪ੍ਰੋਪਰਟੀ ਹੈ ਟੇਲਰ ਦੀ। ਤਿੰਨ ਪੋਸੀਬਿਲਿਟੀਆਂ, ਵਨ ਆਫ ਦਾ ਥ੍ਰੀ ਕੁਆਇਨ ਇਜ਼ ਸਿਲੈਕਟਿਡ ਐਟ ਰੈਂਡਮ, ਤਿੰਨਾਂ ਚੋਂ ਇੱਕ ਕੁਆਇਨ ਆਪਾਂ ਸਿਲੈਕਟ ਕੀਤਾ ਤੇ ਟੌਸ ਕਰਤਾ ਉਹਨਾਂ ਨੂੰ, ਐਂਡ ਇਟ ਸ਼ੋਜ਼ ਹੈਡ, ਜਿਹੜਾ ਆਪਾਂ ਕੁਆਇਨ ਟੌਸ ਕੀਤਾ ਉਹ ਉਹਨੇ ਹੈਡ ਸ਼ੋ ਕੀਤਾ, ਤਾਂ ਇਹ ਇਵੈਂਟ ਹੋ ਗਿਆ ਜਿਹੜਾ ਸ਼ੋ ਹੋ ਚੁੱਕਿਆ। ਇਟ ਸ਼ੋਜ਼ ਜਾਂ ਕੁਆਇਨ ਸ਼ੋ ਹੈਡ, ਕੁਆਇਨ ਸ਼ੋ ਹੈਡ, ਇਹ ਆਪਣਾ ਮੇਨ ਇਵੈਂਟ ਹੋ ਗਿਆ। ਤੇ ਤਿੰਨ ਪੋਸੀਬਿਲਿਟੀ ਕਿਹੜੀਆਂ ਵਾ ਜਿਹਦੀ ਪ੍ਰੋਪਰਟੀ ਪੁੱਛ ਰਹੇ ਉਹਨਾਂ ਚੋਂ ਇੱਕ ਹੀ ਹੁੰਦਾ ਈਵਨ ਈ ਟੂ ਈ ਥ੍ਰੀ ਚੋਂ। ਕੀ ਪ੍ਰੋਪਰਟੀ ਪੁੱਛ ਕੇ ਦੇਖੋ, ਫਾਈਂਡ ਦਾ ਪ੍ਰੋਪਰਟੀ ਦੈਟ ਇਟ ਇਜ਼ ਏ ਟੂ ਹੈਡਡ ਕੁਆਇਨ। ਪ੍ਰੋਪਰਟੀ ਕੱਢੋ ਕਿ ਜਿਹੜਾ ਹੈਡ ਆਇਆ ਉਹ ਕਿਹਦੇ ਤੋਂ ਆਇਆ ਹੋਵੇ, ਟੂ ਹੈਡਡ ਤੋਂ, ਤਾਂ ਈਵਨ ਹੋ ਗਿਆ ਟੂ ਹੈਡਡ ਕੁਆਇਨ। ਈ ਟੂ ਹੋ ਜੂਗਾ ਆਪਣੇ ਵਾਸਤੇ ਬਾਇਸਡ ਕੁਆਇਨ ਹੈਗਾ ਜਿਹ ਚੇਂਜਸ ਕੀਤੀਆਂ, ਅਤੇ ਈ ਥ੍ਰੀ ਜਿਹੜਾ ਅਨਬਾਇਸਡ ਆ ਜਿਹ 'ਚ ਕੋਈ ਚੇਂਜ ਨਹੀਂ, ਉਹ ਕੁਆਇਨ, ਠੀਕ ਹੈ। ਤਾਂ ਬਾਈਸ ਜ਼ੀਰੋ ਦੇ ਅਕੋਰਡਿੰਗ ਆਪਾਂ ਇਹਦੀ ਪ੍ਰੋਪਰਟੀ ਇਹਦੇ ਕੱਢਾਂਗੇ, ਠੀਕ ਹੈ। ਉਸ ਵੇਲੇ ਆਪਾਂ ਦੇਖੋ ਉਹ ਪੁੱਛ ਰਹੇ ਕਿ ਏ ਇਵੈਂਟ ਅਗਰ ਹੋ ਚੁੱਕਿਆ, ਪ੍ਰੋਪਰਟੀ ਕੱਢੋ ਕਿ ਉਹ ਟੂ ਹੈਡਡ ਤੋਂ ਆਇਆ ਹੋਵੇ। ਤਾਂ ਇਹਦੇ ਲਈ ਆਪਾਂ ਉਹੀ ਚਾਰ ਚੀਜ਼ਾਂ ਚਾਹੀਦੀਆਂ। ਪਹਿਲਾਂ ਤਾਂ ਈਵਨ ਈ ਟੂ ਦੇਖੋ ਵੀ ਹੈ ਕਿ ਪਹਿਲਾ ਕੰਮ ਤਾਂ ਆਪਣਾ ਕੁਆਇਨ ਆ, ਤਿੰਨਾਂ ਉਹਨਾਂ ਚੋਂ ਇੱਕ ਕੁਆਇਨ ਆਪਾਂ ਸਿਲੈਕਟ ਕਰਕੇ ਥਰੋ ਕਰਨਾ, ਠੀਕ ਹੈ। ਇੱਥੇ ਕੁਆਇਨ ਦੇ ਉੱਪਰ ਹੈਡ ਜਾਂ ਟੇਲ ਆਉਣਾ ਨਹੀਂ ਗਾ, ਸਿਰਫ ਤਿੰਨਾਂ ਕੁਆਇਨਾਂ ਜਿਵੇਂ ਬੈਗ ਵਾਲਾ ਕੁਸ਼ਚਨ ਸੀਗਾ ਕਿ ਉਹ ਬੈਗਾਂ 'ਚ ਆਪਾਂ ਇੱਕ ਬੈਗ ਸਿਲੈਕਟ ਕਰਨਾ, ਇੱਥੇ ਤਿੰਨਾਂ ਕੁਆਇਨਾਂ 'ਚੋਂ ਆਪਾਂ ਇੱਕ ਕੁਆਇਨ ਸਿਲੈਕਟ ਕਰਕੇ ਥਰੋ ਕਰਨਾ ਜਾ ਸਕਦਾ। ਤਾਂ ਇਹ ਤਿੰਨ ਚੀਜ਼ਾਂ ਵਾ, ਕਿਸੇ ਵੀ ਚੀਜ਼ ਦੀ ਸਿਲੈਕਟ ਹੋਣ ਦੀ ਪ੍ਰੋਬਿਲਿਟੀ ਵਨ ਬਾਈ ਥ੍ਰੀ ਹੋਵੇ, ਠੀਕ ਹੈ। ਉਸ ਤੋਂ ਬਾਅਦ ਚਾਹੀਦਾ ਹੁਣ ਏ ਬਾਈ ਈ ਵਨ, ਮਤਲਬ ਪਹਿਲਾ ਕੁਆਇਨ ਸਿਲੈਕਟ ਹੋਇਆ ਹੋਵੇ ਅਤੇ ਉਹਦੇ ਉੱਪਰ ਹੈੱਡ ਆ ਜਾਵੇ, ਪਹਿਲੇ ਕੁਆਇਨ ਦੇ ਉੱਪਰ ਹੈੱਡ ਆਉਣ ਦੀ ਪੋਸੀਬਿਲਿਟੀ ਕੀ ਹੈ, ਦੇਖੋ ਉਹ ਟੂ ਹੈੱਡਡ ਆ, ਦੋਨੋਂ ਪਾਸੇ ਹੈੱਡ ਆ, ਤਾਂ ਪ੍ਰੋਬਿਲਿਟੀ ਉਹਦੇ 100% ਆਉਂਦੀ ਹੈੱਡ ਆਉਂਦੀ, ਜਾਂ ਚਲੋ ਵਨ ਕਹੀ ਜਾਂਦੇ ਨੂੰ। ਜਿਵੇਂ ਕੁਸ਼ਚਨ ਐਮਸੀਕਿਊ ਵਾਲਾ ਵੀ ਆਉਂਦਾ ਹੁੰਦਾ ਤੁਹਾਨੂੰ ਕਿ ਕੋਈ ਬੰਦਾ ਵਾ ਉਹਨੂੰ ਆਂਸਰ ਆਉਂਦਾ ਸੀ, ਇਹਦੇ ਆਂਸਰ ਕਰੈਕਟ ਹੋਣ ਦੀ ਪ੍ਰੋਬਿਲਿਟੀ ਕੀ ਹੋਏਗੀ, ਤਾਂ ਉੱਥੇ ਵੀ ਆਪਾਂ ਵੰਧ ਲੈ ਜਾਂਦੇ ਹਾਂ, ਕਿਉਂਕਿ ਜੇ ਆਂਸਰ ਆਉਂਦਾ ਤਾਂ ਕਰੈਕਟ ਹੋਣ ਦੀ ਪ੍ਰੋਬਿਲਿਟੀ 100% ਹੀ ਹੁੰਦੀ ਉਹਦੀ। ਈ ਟੂ ਬਾਇਸਡ ਕੁਆਇਨ, ਤਾਂ ਬਾਇਸਡ ਕੁਆਇਨ ਦੇ ਉੱਪਰ ਹੈੱਡ ਆਉਣ ਦੀ ਪ੍ਰੋਬਿਲਿਟੀ ਉਹਨੂੰ ਦਿੱਤੀ ਹੋਈ ਆ, ਉਹ ਕਹਿੰਦੇ 75% ਟਾਈਮ ਹੈੱਡ ਹੁੰਦਾ ਉੱਥੇ, ਉਹ ਮੈਂਸ਼ਨ ਹੈ। ਤੀਜਾ ਅਨਬਾਇਸਡ ਕੁਆਇਨ ਆ, ਅਨਬਾਇਸ ਦੇ ਉੱਪਰ ਹੈੱਡ ਆਉਣ ਦੀ ਪ੍ਰੋਬਿਲਿਟੀ ਇਕੁਅਲੀ ਹੁੰਦੀ ਹੈ 1/2 ਟੇਲ ਦੀ ਅਤੇ 1/2 ਹੈੱਡ ਆਉਣ। ਤਾਂ ਛੇ ਚੀਜ਼ਾਂ ਆਪਾਂ ਨੂੰ ਮਿਲ ਗਈਆਂ, ਬਸ ਉਹ ਫਾਰਮੂਲਾ ਐਕਸਪੈਂਡ ਕਰਕੇ ਇਸ ਵਰਤੇ। ਦੋ ਬੋਲਾਂ ਟਰਾਂਸਫਰ ਕੀਤੀਆਂ, ਹੁਣ ਇੱਥੇ ਉਹੀ ਦੋ ਬੋਲਾਂ ਲਾ ਗਏ, ਦੋ ਬੋਲਾਂ ਟਰਾਂਸਫਰ ਕੀਤੀਆਂ ਤੇ ਦੋਨੋਂ ਬੋਲਾਂ ਆਪਾਂ ਕਿਵੇਂ ਟਰਾਂਸਫਰ, ਦਾ ਮਤਲਬ ਪਹਿਲੇ ਬੈਗ 'ਚ ਚੱਕ ਕੇ ਦੂਜੇ ਬੈਗ 'ਚ ਪਾਈਆਂ, ਤਾਂ ਕਿਵੇਂ ਕੀਤੀਆਂ ਜਿੱਦ ਕੇ ਬਤਾਓ ਉਹ ਦੇਖੋ। ਰੈਂਡਮਲੀ, ਰੈਂਡਮਲੀ ਮਤਲਬ ਇਕੱਠੀਆਂ ਦੋ ਬੋਲਾਂ ਚੱਕੀਆਂ, ਚੱਕ ਕੇ ਸਿੱਟ ਲਈਆਂ। ਇਫ ਦ ਬਾਲ ਡਰਾਉਨ ਫਰੋਮ ਦਾ ਸੈਕਿੰਡ ਬੈਗ, ਫਿਰ ਦੂਜੇ ਬੈਗ ਦੇ ਵਿੱਚੋਂ ਆਪਾਂ ਇੱਕ ਬੋਲ ਹੀ ਕੱਢੀਏ ਸਿਰਫ। ਇਫ ਦ ਬਾਲ ਡਰਾਉਨ ਫਰੋਮ ਦਾ ਬੈਗ ਟੂ ਫਾਊਂਡ ਟੂ ਬੀ ਰੈਂਡਮ, ਫਾਈਂਡ ਦਾ ਪ੍ਰੋਪਰਟੀ ਦੇ ਅੰਦਰ ਜਿਹੜੀਆਂ ਦੋਨੋਂ ਬੋਲਾਂ ਆਪਾਂ ਟਰਾਂਸਫਰ ਕੀਤੀਆਂ ਸੀਗੀਆਂ, ਠੀਕ ਹੈ, ਉਹ ਰੈਂਡ ਹੋਣ ਦੋਨੋਂ। ਕੁਸ਼ਚਨ ਧਿਆਨ ਨਾਲ ਦੇਖੀ ਆ, ਦੋ ਬੈਗ ਆ, ਇੱਕ ਬੈਗ 'ਚੋਂ ਦੋ ਬੋਲਾਂ ਚੱਕੀਆਂ ਆਪਾਂ, ਚੱਕ ਕੇ ਇਹਦੀ ਸਪਾ ਦੀ, ਠੀਕ ਹੈ, ਫਿਰ ਇਹਦੇ ਵਿੱਚੋਂ ਸਿਰਫ ਇੱਕ ਬੋਲ ਕੱਢੀ ਆ, ਅਤੇ ਜਿਹੜੀ ਬੋਲ ਕੱਢੀ ਆ ਉਹ ਕੀ ਆਵੇ ਕਹਿੰਦੇ, ਉਹ ਰੈੱਡ ਆ ਚੁੱਕੀ ਆ, ਜਿਹੜੀ ਸੈਕਿੰਡ ਬੈਗ 'ਚੋਂ ਬੋਲ ਕੱਢੀ ਆ ਫਾਊਂਡ ਟੂ ਬੀ ਰੈੱਡ। ਤਾਂ ਇਹ ਇਵੈਂਟ ਆਪਣਾ ਕੀ ਹੋ ਗਿਆ ਕਿ ਬਾਲ ਫਰੋਮ ਦਾ ਸੈਕਿੰਡ ਬੈਗ, ਬਾਲ ਫਰੋਮ ਸੈਕਿੰਡ ਬੈਗ ਇਜ਼ ਰੈੱਡ। ਤਾਂ ਧਿਆਨ ਦਿਓ, ਗਿਣਤੀ ਵੱਲ ਵੀ ਧਿਆਨ ਦੇਣਾ, ਇੱਥੇ ਸੈਕਿੰਡ ਬੈਗ 'ਚ ਸਿਰਫ ਇੱਕ ਬਾਲ ਨਿਕਲੀ ਆ, ਠੀਕ ਹੈ, ਰੈੱਡ ਆ। ਬੀ ਕੀ ਆਪਣੇ ਕੋਲ, ਈਵਨ ਈ ਟੂ ਬੀ ਆਪਣੇ ਵਾਸਤੇ। ਹੁਣ ਕਹਿੰਦੇ ਪੋਸੀਬਿਲਿਟੀਜ਼ ਦੇਖੋ ਕੀ ਕਿਹਾ ਇਹਨਾਂ ਨੇ, ਕਹਿੰਦੇ ਪ੍ਰੋਪਰਟੀ ਕੱਢੋ ਵੈਸੇ ਵੀ ਜਿਹੜੀਆਂ ਈਵੈਂਟਸ ਹੁੰਦੇ ਈਵਨ ਈ ਟੂ, ਇਹ ਆਪਾਂ ਨੂੰ ਪ੍ਰੋਪਰਟੀ 'ਚ ਮਿਲ ਜਾਂਦਾ ਜਿੱਥੋਂ ਪੁੱਛਿਆ ਹੁੰਦਾ ਇਹਨਾਂ ਨੇ। ਕਹਿੰਦੇ ਫਾਈਂਡ ਦਾ ਪ੍ਰੋਬੇਬਿਲਿਟੀ ਦੈਟ ਟਰਾਂਸਫਰ ਬੋਲਸ ਆਰ ਬੋਥ ਰੈੱਡ, ਜਿਹੜੀਆਂ ਟਰਾਂਸਫਰ ਬੋਲਾਂ ਸੀਗੀਆਂ ਦੋਨੋਂ ਕੀ ਹੋਣ, ਰੈੱਡ ਹੋਣ।
दोनों जी ट्रांसफर बॉलां ईवन की लूंगा मैं जीडिया ट्रांसफर्ड बॉल्स आर बोथ रेड दोनों बॉलां रेड चाहिए पर इतने मैं तीन इवेंट का तो लिखे ईवन ई टू ई थ्री कि तीन पॉसीबिलिटी इधरों आपने सोचना पैना यह नहीं होना तुम स्टेटमेंट मैनशन होगा कि किनिया नाल पॉसीबिलिटियां लैनी आप दो लैनी कि तीन नाल लैनी तो हम आप मैनशन इतने कि दोनों बॉलां रेड हो पर पॉसीबिलिटी की है देखो जब आप दो बॉलां का चेक कर रहे हैं दोनों रेड भी आ सकती हैं दोनों ब्लैक भी आ सकती हैं तो तीजी पॉसीबिलिटी की है कि एक रेड आ जाए एक ब्लैक तीन पॉसीबिलिटी बन गई ना दोनों रेड भी हो सकती हैं दोनों ब्लैक भी एक रेड दे एक ब्लैक भी ट्रांसफर वाली हो सकती है ठीक है एक तीन पॉसीबिलिटी आ गई है तो हम आप पूछ की रहे हो पूछ रहे हैं ए हो चुके हैं प्रॉपर्टी कटो कि दोनों रेड हो ट्रांसफर वाली हम देखो जी सामने तुम कंबाइन ही करोगे तो औखा लगेगा पर जब मैं इवेंट वाइज तोड़ दिया सामने हम तुम्हें सौखा लग रहा है तो प्रॉपर्टी भी मैं तोड़ के करनी है चाहिए कि मैं देख लो हम बाईस में प्रॉपर ही लगूंगी इतने खाली जब ओवर चेक हो गए तो पूरी बाईस में लग गई तीन पॉसीबिलिटियां थले लगनगियां ई वन तो बाद ए दी फिर ई टू तो बाद ए दी ਕੋਪੀ ਨਹੀਂ ਹੋ ਸਕਦਾ ਠੀਕ ਹੈ ਈ ਥ੍ਰੀ ਤੋਂ ਬਾਅਦ ਇਹਦੀ ਪ੍ਰੋਬੈਬਿਲਿਟੀ ਮੈਂ ਚਾਹੀਦਾ ਕਿ ਆਪਾਂ ਨੂੰ ਈ ਵਨ ਈ ਟੂ ਅਤੇ ਈ ਥ੍ਰੀ ਹੁਣ ਜਿਹੜਾ ਈ ਵਨ ਈਵੈਂਟ ਆ ਇੱਥੇ ਧਿਆਨ ਰੱਖਣਾ ਉਹ 'ਚ ਦੋ ਬੋਲਾਂ ਚੱਕੀਆਂ ਗਈਆਂ ਆਪਾਂ ਕਰਦਾ ਕਿ ਟਰਾਂਸਫਰ ਬੋਲਾਂ ਦੋਨੋਂ ਕੀ ਹੋਣ ਰੈੱਡ ਹੋਣ ਕਿ ਇਹਦੀ ਆਪਾਂ ਪਹਿਲੀਆਂ ਦੋ ਬੋਲਾਂ ਕੱਢੀਆਂ ਸੀ ਦੋਨੋਂ ਰੈੱਡ ਆ ਜਾਣ ਇਹਦੀ ਪ੍ਰੋਬੈਬਿਲਿਟੀ ਕੱਢਦੀ ਆ ਤੁਹਾਨੂੰ ਜਦੋਂ ਆਪਾਂ ਦੋ ਬੋਲਾਂ ਇਕੱਠੀਆਂ ਚੱਕ ਰਹੇ ਹਾਂ ਹੁਣ ਇੱਥੇ ਗਿਵਨ ਈਵੈਂਟ ਹੋਈ ਨਹੀਂ ਗਿਆ ਇੱਥੇ ਪਹਿਲਾਂ ਕਿ ਸਿੰਪਲ ਦੋ ਬੋਲਾਂ ਚੱਕ ਰਹੇ ਹਾਂ ਅਤੇ ਜਦੋਂ ਵੀ ਦੋ ਬੋਲਾਂ ਚੱਕਾਂਗੇ ਆਪਾਂ तो उत्थे फिर मल्टीपेरियल कंसेप्ट लगेगा ठीक है तो पॉसिबिलिटी की है रैंडमली वाला केस है रैंडमली वाले नुबा इंडिपेंडेंट से लेना होगा तो दोनों बोला रेड डाउन पहली भी रेड आवे तो रेड डाउन दी प्रोबेबिलिटी 3 बाय 8 पहली दी इनटू दूसरी भी रेड आ जाए दूसरी रेड डाउन दी 2 बाय 7 क्योंकि रैंडमली से ना इंडिपेंडेंट्स कटा देना और डिपेंडेंट का केस है डिपेंडेंट केस लाओगे इथे रैंडमली वाला तो डिपेंडेंट्स गिनती घटानी होती है ठीक है जो दो चीजें रैंडमली आप चेक की तो 3 बाय 8 इनटू 2 बाय 7 ई टू दी प्रोबेबिलिटी ई टू की सी दोनों ब्लैक आ गया हम दोनों ब्लैक ऑन दी प्रोबेबिलिटी पहले बैच से दूसरे बैच नहीं है जब आना पहले बैच से कट रहे हैं आप तो पहले बैच से दोनों ब्लैक 5 बाय 8 4 बाय 7 ठीक है इस केस नहीं बने ਕਿ ਦੋਨੋਂ ਚੀਜ਼ਾਂ ਪਹਿਲੀ ਵੀ ਬਲੈਕ ਦਿੱਤੀ ਸੀ ਦੂਜੀ ਵੀ ਬਲੈਕ ਦਿੱਤੀ ਸੀ ਕੇਸ ਤੀਜੇ ਦੇ ਕੇਸ ਮੰਨ ਲਈ ਤੀਜੇ ਚ ਇੱਕ ਰੈੱਡ ਇੱਕ ਬਲੈਕ ਆ ਤਾਂ ਇੱਥੇ ਦੋ ਕੇਸ ਮੰਨਣੇ ਆ ਪਹਿਲੀ ਰੈੱਡ ਹੋ ਸਕਦੀ ਦੂਜੀ ਬਲੈਕ ਪਹਿਲੀ ਰੈੱਡ ਦੂਜੀ ਬਲੈਕ ਜਾਂ ਫਿਰ ਪਹਿਲੀ ਬਲੈਕ ਦੂਜੀ ਰੈੱਡ ਕਿਉਂਕਿ ਇਹਦੇ ਬਾਅਦ ਦੋ ਚੀਜ਼ਾਂ ਇਕੱਠੀਆਂ ਚੱਕਦੇ ਆ ਨਾ ਤੁਹਾਨੂੰ ਵਿਦਾਊਟ ਰਿਪਲੇਸਮੈਂਟ ਨੂੰ ਹੀ ਚੱਕਣਾ ਹੁੰਦਾ ਕਰਨਾ ਹੁੰਦਾ ਤਾਂ ਪਹਿਲੀ ਰੈੱਡ 3 ਬਾਏ 8 ਨਾਲ ਬਲੈਕ ਆ ਜੇ ਬਲੈਕ 5 ਆ ਪਰ ਗਿਣਤੀ ਘੱਟ ਗਈ ਸਾਨੂੰ ਫਿਰ ਪਹਿਲੀ ਬਲੈਕ 5 ਬਾਏ 8 ਤੇ ਦੂਜੀ ਰੈੱਡ 3 ਬਾਏ 7 15 15 30 30 ਓਵਰ 56 ਆ ਪ੍ਰੋਬੇਬਿਲਿਟੀ ਇਹਨੂੰ ਵੀ ਮਲਟੀਪਲਾਈ ਕਰ ਲਓ 6 ਬਾਏ 56 ਆ ਗਿਆ ਫਿਰ 20 ਬਾਏ 56 ਆ ਠੀਕ ਹੈ ਆ ਤਿੰਨ ਪੋਸੀਬਿਲਿਟੀਆਂ ਆਪਣੇ ਕੋਲ ਆ ਗਈਆਂ ਈ1 ਈ2 ਈ3 ਦੀਆਂ ਹੁਣ ਅਗਲੀ ਚੀਜ਼ ਵੀ ਥੋੜਾ ਧਿਆਨ ਦੇਣ ਦੀ ਲੋੜ ਹੈ ਤੇ ਹਨ ਆਪਾਂ ਨੂੰ ਚਾਹੀਦੀ ਪ੍ਰੋਬੈਬਿਲਿਟੀ ਏ ਬਾਈ ਬਣਦੀ ਹੈ ਐਸੇ ਸੌਪੇ ਕੰਮ ਹੈ ਤੁਹਾਨੂੰ ਹੁਣ ਆਪਾਂ ਨੂੰ ਪਤਾ ਟਰਾਂਸਫਰ ਬੋਲਾਂ ਕੀ ਹੋਈਆਂ ਵਾ ਦੋਨੋਂ ਰੈੱਡ ਹੋ ਜੇ ਹੁਣ ਦੋਨੋਂ ਬੋਲਾਂ ਰੈੱਡ ਇੱਧਰ ਆ ਗਈਆਂ ਤੇ ਰੈੱਡ ਦੀ ਗਿਣਤੀ ਨੂੰ ਕੀ ਫਰਕ ਪੈਣਾ ਦੋਨੋਂ ਬੋਲਾਂ ਰੈੱਡ ਆ ਗਈਆਂ ਤੇ ਰੈੱਡ ਵੀ ਨਹੀਂ ਆਉਂਗੀ ਉੱਥੇ ਹੁਣ 6 ਤੇ ਬਲੈਕ ਕਿੰਨੀ ਆ ਵਾ ਗਿਣਤੀ 4 ਹੀ ਲਊਗੀ ਨਾ ਰੈੱਡ ਦੀ ਗਿਣਤੀ ਵੱਧ ਜਾਣੀ ਆ ਤਾਂ ਕਰ ਕੀ ਰਹੇ ਹੁਣ ਦੂਜੇ ਬੈਚ ਚੋਂ ਸਿਰਫ ਇੱਕ ਰੈੱਡ ਕੱਢ ਰਹੇ ਹਾਂ ਤਾਂ ਹੁਣ ਆਪਾਂ ਮਲਟੀਪਲਾਈ ਵਾਲਾ ਕਨਸੈਪਟ ਨਹੀਂ ਲਾਉਣਾ 10ਵੀਂ ਵਾਲੇ ਲਾਉਂਗੇ ਜਦੋਂ ਆਪਾਂ ਇੱਕ ਬਾਲ ਕੱਢਦੇ ਹੁੰਦੇ ਤਾਂ ਇੱਕ ਬਾਲ ਰੈੱਡ ਆਉਂਦੀ ਪ੍ਰੋਬੈਬਿਲਿਟੀ 6 ਬਾਈ 10 ਏ ਬਾਈ ਈ 2 ਜਦੋਂ ਬਲੈਕ ਬਾਲ ਟਰਾਂਸਫਰ ਹੋ ਜਾਂਦਾ ਦੋਨੋਂ ਬਲੈਕ ਇੱਧਰ ਆ ਗਈਆਂ ਤਾਂ ਬਲੈਕ ਦੀ ਗਿਣਤੀ 6 ਹੋ ਗਈ ਰੈੱਡ ਦੀ ਗਿਣਤੀ ਉਹੀ ਹੋ ਗਈ ਪਰ ਆਪਾਂ ਪ੍ਰੋਬੈਬਿਲਿਟੀ ਕੱਢਦੀ ਰੈੱਡ ਬਾਲ ਆਉਂਦੀ ਧਿਆਨ ਰੱਖਣਾ ਇੱਥੇ ਠੀਕ ਹੈ ਸਲੋ ਕਰਿਓ ਸਮਝਣਾ ਪ੍ਰੋਬੈਬਿਲਿਟੀ ਦਾ ਕਰੋਗੇ ਸੋਚ ਕੇ ਕਾਲੀ ਕਰੋਗੇ ਤਾਂ ਕਿਵੇਂ ਨਾ ਕਿਵੇਂ ਦਿਮਾਗ ਗਲਤ ਕਰ ਦਿੰਦਾ ਰੈੱਡ ਬਾਲ ਦੀ ਪ੍ਰੋਬੈਬਿਲਿਟੀ ਰੈੱਡ ਬਾਲ ਆ 4 ਆ ਟੋਟਲ 10 ਆ 4 ਬਾਈ 10 ਤੇ ਥਰਡ ਆਪਣੇ ਕੋਲ ਆ ਗਿਆ
ट्रांसफर बॉल एक ब्लैक एक रेड हो जाए, दोनों की गिनती वन वन बन जाएगी, एक पांच हो जानी है दूजी भी पांच हो जाएगी, तो प्रोबेबिलिटी ऑफ रेड ऑन दी फाइव बाय टेन। ठीक है, आ छह चीजें मिल गई अपन, तो भर दो ट्रांसफर टेबल। ठीक है, एक चीज तुम सिंपल भी पूछ सकते थे कि जिम्मे सैकेंड बॉल रेड आए वो ए है, ए की प्रॉपर्टी जब कड़नी है ना कि सिंपल कहता कि सैकेंड बॉल रेड आए की प्रॉपर्टी दसो की होगी, तो जो सैकेंड बॉल कल रेड क्या इतने अपन ऑन की प्रॉपर्टी ये आप ओवरऑल प्रॉपर्टी लगी कल पास जिनी ओवरऑल ये प्रॉपर्टी हो सैकेंड बॉल रेड ऑन की प्रॉपर्टी है। तो थोड़े ध्यान ना करने सामने दो तीन बार वीडियो दोबारा दोबारा देख लियो तो हो सकता है सुनो थोड़ी चंगी हुई था इन्हें कोई आ रही पर एनसीईआरटी की जरूर करके जाओ सारी फिर भी एक मल्टीपल चॉइस वाला क्वेश्चन है ये कितना अच्छी कर लोगे वैसे वैसे इसे ध्यान रखो रखना होता कि जब आप आंसर गैस करते हैं तो उदो ये तो प्रोबेबिलिटी लेनी होती है करेक्ट होने की तो ऑप्शन के अकॉर्डिंग देखना होता जो चार ऑप्शन है तो गैस होकर सही होने की प्रोबेबिलिटी 1/4 होती है तो जो आपको क्या होता कि आंसर करैक्ट आ जाए तो वह आंसर आता आंसर हूँ आंसर करैक्ट होने की प्रोबेबिलिटी वो 1 लेनी होती है। ठीक है, जिन्होंने आंसर आता से करैक्ट होने की प्रोबेबिलिटी 100% होगी 1 होगी तो दो चीज़ें आपके लिए लैनी होती है। ठीक है, गैस हो गया सही होने की प्रोबेबिलिटी ऑप्शन के अकॉर्डिंग देखनी है जो 3 ऑप्शन हुई तो 1/3 तो जो 4 ऑप्शन हुई एमसीक्यू दी तो 1/4 तो जो आंसर आता तो करैक्ट होने की प्रोबेबिलिटी वो 1 लाऊंगी आप ये चीज़ ध्यान रखना बस बाकी सब तय हुई है। एक का देखो मैन स्पीकर प्रोसेस को लाइए कहते कोई बंदा वा वो स्पीक ट्रुथ 3 out of 5 टाइम्स तीन बारी सच बोलता आउट ऑफ 5 टाइम पांच बारी मतलब ये सही बोलने की जी सच बोलने की हैगी प्रॉपर्टी है ट्रुथ बोलने की 3/5 तो झूठ बोलने की 2 बार झूठ बोले मतलब तो झूठ बोलने की 2/5 प्रॉपर्टी है। ठीक है, वो पर्सन ने कहते की था थ्रो अ डाई डाई सिटी है तो रिपोर्ट किया क्योंकि डाई के उपर 1 आ गया जब 6 आ गया कुछ भी होता एनसीईआरटी 6 आया मेरे पास कहते प्रॉपर्टी कटो देर इज ऑल एक्चुअली 6 एक्चुअली 1 1 ਦਾ ਸਾਹਮਣੇ ਉਹਨੇ ਆ ਕੇ ਉਹਨੂੰ ਦੱਸਿਆ ਕਿ 1 ਆਇਆ ਵਾ ਪ੍ਰੋਪਰਟੀ ਕੱਢਦੀ ਕਿ ਐਕਚੁਅਲੀ ਵੀ ਕੀ ਆਇਆ ਹੋਵੇ 1 ਆਇਆ ਹੁਣ ਐਕਚੁਅਲੀ 1 ਆਉਣ ਦੀ ਪ੍ਰੋਪਰਟੀ ਦੇਖੋ ਕਿਵੇਂ ਹੋਏਗੀ ਪਹਿਲਾਂ ਆਪਾਂ ਈਵਨ ਇਕਵੀਲੈਂਟ ਕਰ ਲਓ ਸਮਝ ਪਹਿਲਾਂ ਇਹ ਸਮਝ ਦੇ ਵਿੱਚ ਥੋੜਾ ਯਾਦ ਰੱਖ ਲਿਓ ਸਮਝ ਕਿਵੇਂ ਕਰਨਾ ਈਵਨ ਕਿਹੜਾ ਲੈਂਡ ਕਰਨਾ ਆਪਾਂ ਜੋ ਨੇ ਆ ਕੇ ਰਿਪੋਰਟ ਕੀਤਾ ਜੋ ਐਕਚੁਅਲੀ ਆਇਆ ਉਹ ਨਹੀਂ ਲਿਖਣਾ ਆਪਾਂ ਜੋ ਨੇ ਦੱਸਿਆ ਕਿ ਆਪਾਂ ਹੀ ਰਿਪੋਰਟਸ 1 ਉਹਨੇ ਆਗੇ ਕਿਹਾ ਕਿ ਡਾਈ ਦੇ ਉੱਪਰ 1 ਆਇਆ ਜੇ 6 ਕਿਹਾ ਤਾਂ 6 ਲਿਖ ਦਿਓ ਈਵਨ ਇਨ ਟੂ ਕੀ ਲੈ ਲਿਓ ਸੱਚ ਬੋਲ ਰਿਹਾ ਤੇ ਝੂਠ ਬੋਲ ਰਿਹਾ ਬਸ। ਠੀਕ ਹੈ, ਹੀ ਸਪੀਕ ਸੱਚ ਤੇ ਹੀ ਸਪੀਕ ਝੂਠ। ਠੀਕ ਹੈ, ਇਹ ਦੋਨੋਂ ਲਿਖ ਲਿਓ। ਹੁਣ ਈਵਨ ਦੀ ਪ੍ਰੋਪਰਟੀ ਕੀ ਜੀ ਪੁੱਛੀ ਆਪਾਂ ਕੀ ਕਹਿਣਾ ਨੇ ਹੁਣ ਇਹਨਾਂ ਨੇ ਇਹ ਨਹੀਂ ਕਿ ਆਹ ਹੋ ਚੁੱਕਿਆ ਇਹਦੀ ਪ੍ਰੋਪਰਟੀ ਕਿਉਂ ਆਏ ਸਿੱਧਾ ਕੁਛ ਨਹੀਂ ਕਿਹਾ ਇਹ ਕਿਹਾ ਕਿ ਪ੍ਰੋਪਰਟੀ ਕੱਢੋ ਕਿ ਉਹ ਐਕਚੁਅਲੀ ਦੇਰ ਵਜੇ 6 1 ਕਿ ਐਕਚੁਅਲੀ 1 ਹੋ ਗਏ ਇੱਥੇ ਹੁਣ ਆਪਾਂ ਨੂੰ ਆਪਦੀ ਆਪਣੀ ਨੂੰ ਜੋੜਨਾ ਪੈਣਾ ਕਿ ਐਕਚੁਅਲੀ 1 ਕਦੋਂ ਹੋਏਗਾ ਜਦੋਂ ਉਹ ਸੱਚ ਵੀ ਬੋਲ ਰਿਹਾ ਹੋਵੇ ਅਤੇ ਰਿਪੋਰਟ ਵੀ ਅੱਗੇ 1 ਕਰੇ ਮਤਲਬ ਰਿਪੋਰਟ ਵੀ ਅੱਗੇ 1 ਕਰੇ ਅਤੇ ਪਲੱਸ ਉਹ ਸੱਚ ਬੋਲ ਰਿਹਾ ਹੋਵੇ। ਠੀਕ ਹੈ, ਤਾਂ ਫਿਰ ਇਹਦਾ ਮਤਲਬ ਦੋਵਾਂ ਨੂੰ ਕੰਬਾਈਨ ਕਰਕੇ ਪਤਾ ਲੱਗ ਜੂ ਕਿ ਉੱਥੇ ਸੱਚੀ 1 ਆਇਆ ਕਿ ਆ ਕੇ ਵੀ 1 ਕਿਹਾ ਉਹਨੇ ਆਪਾਂ ਨੂੰ ਅਤੇ ਬੋਲ ਵੀ ਸੱਚ ਰਿਹਾ ਹੋਵੇ ਅਤੇ ਇਹਦਾ ਮਤਲਬ ਉਹ ਐਕਚੁਅਲੀ 1 ਆਇਆ ਉੱਥੇ ਤਾਂ ਚਾਹੀਦਾ ਉਹਨੇ ਦੇ ਵਾਸਤੇ ਉਹੀ 3-4 ਚੀਜ਼ਾਂ ਚਾਹੀਦੀਆਂ ਆਪਾਂ ਨੂੰ। ਜਾਣੋ ਤੁਸੀਂ ਦੇਖੋ ਕਿਵੇਂ ਬਣਾਉਂਗੇ ਇੱਥੇ ਆਪਾਂ ਈਵਨ ਦੀ ਪ੍ਰੋਬੈਬਿਲਿਟੀ ਸੱਚ ਬੋਲ ਰਿਹਾ ਹੋਵੇ ਸਿੱਧੀ ਦਿੱਤੀ ਆਪਾਂ ਨੂੰ 3/5 ਝੂਠ ਬੋਲ ਰਿਹਾ ਹੋ 2/5 ਆਉਣ ਆਹ ਬਸ ਧਿਆਨ ਨਾਲ ਬਣਾਉਂਦਾ ਦੇ ਵਿੱਚ ਈਵਨ ਓਵਰ ਏ ਵਾਈ ਈਵਨ ਮਤਲਬ ਏ ਐਕਟਰ ਹੋ ਚੁੱਕਿਆ ਏ ਮਤਲਬ ਉਹ ਸੱਚ ਬੋਲ ਰਿਹਾ ਵਾ ਅਤੇ ਸੱਚ ਬੋਲਿਆ ਤੋਂ ਬਾਅਦ ਆ ਕੇ ਆਪਾਂ ਨੂੰ ਕਵੇ 1 ਆਇਆ ਵਾ ਹੁਣ ਇਹਦਾ ਮਤਲਬ
डाई ਉੱਪਰ 1 ਆਉਣ ਦੀ ਪ੍ਰੋਬੈਬਿਲਟੀ ਹੁੰਦੀ ਹੈ ਕਿਉਂਕਿ ਜੇ ਦੇਖੋ ਸਰਚ ਕਰ ਰਿਹਾ ਤਾਂ ਜੋ ਡਾਈ ਦੇ ਉੱਪਰ 1 ਆਉਣ ਦੀ ਪ੍ਰੋਬੈਬਿਲਟੀ ਉਹੀ ਆਪਾਂ ਨੂੰ ਅੱਗੇ ਦੱਸਣ ਦੀ 1 ਆਉਣ ਦੀ ਪ੍ਰੋਬੈਬਿਲਟੀ 1 ਹੋਊਗੀ ਤਾਂ ਡਾਈ ਦੇ ਉੱਪਰ 1 ਆਉਣ ਦੀ ਪ੍ਰੋਬੈਬਿਲਟੀ 1/6 ਇੱਕ ਹੀ 1 ਹੁੰਦਾ ਹੈ E2/A/2 ਉਹ ਝੂਠ ਬੋਲ ਰਿਹਾ ਆਪਾਂ ਨੂੰ ਅੱਗੇ ਤੇ ਆਪਾਂ ਨੂੰ ਕਹੇ 1 ਹੁਣ ਕਿਦੋਂ ਅੱਗੇ 1 ਕਹੂਗਾ ਜਦੋਂ ਡਾਈ ਦੇ ਉੱਪਰ 2 ਜਾਂ 3 4 5 6 ਕੋਈ ਵੀ ਨੰਬਰ ਆਇਆ ਹੋਊਗਾ ਉਹਨੇ ਅੱਗੇ ਆਪਾਂ ਨੂੰ ਕੀ ਕਹਿ ਦੇਣਾ ਕਿ 1 ਆਇਆ ਮਤਲਬ ਡਾਈ ਦੇ ਉੱਪਰ ਰਿਪੋਰਟ 1 ਕਰਨ ਦੀ ਪ੍ਰੋਬੈਬਿਲਟੀ ਕੀ ਹੈ ਜਿਹਦੀ 5/6 ਜਦੋਂ ਝੂਠ ਬੋਲ ਕੇ ਕਹੂਗਾ ਆਪਾਂ ਠੀਕ ਹੈ ਜਾਂ ਸਿੱਧਾ 1 ਚੋਂ ਨੂੰ ਮਾਈਨਸ ਕਰ ਦੇਗਾ ਸਪੈਸ਼ਲੀ ਇਹ ਸਮ ਦੇ ਵਿੱਚ ਕਲੇ ਦੇ ਵਿੱਚ ਠੀਕ ਹੈ ਸਰ ਤਾਂ ਇਹ ਚਾਰੋਂ ਜਦੋਂ ਤੇ ਭਰੋਗੇ ਤਾਂ ਪ੍ਰੋਬੈਬਿਲਟੀ ਆ ਜਾਏਗੀ ਠੀਕ ਹੈ ਜਿਹੜੀ ਉਹ ਪੁੱਛ ਰਿਹਾ ਇੱਕ ਲੋਸਟ ਕਾਰਡ ਵਾਲਾ ਕੁਐਸਚਨ ਇੰਪੋਰਟੈਂਟ ਹੈ ਦੇਖੋ ਕਹਿੰਦੇ 52 ਕਾਰਡਸ ਆ ਇੱਕ ਕਾਰਡ ਲੋਸ ਹੋ ਜਾਂਦਾ ਦੇ ਵਿੱਚੋਂ ਤੇ ਬਾਕੀ ਕਾਰਡ ਦੇ ਵਿੱਚੋਂ ਆਪਾਂ ਐਨਸੀਏਟੀ ਦੇ 2 ਆ ਵੈਸੇ ਤੇ 3 ਕਹਤੇ ਇਹਨਾਂ ਨੇ 3 ਕਾਰਡ ਕੱਢੇ ਆਪਾਂ ਤੇ ਆਲ ਦਾ ਸਪੇਸ ਐਂਡ ਫਾਊਂਡ ਟੂ ਬੀ ਆਲ ਸਪੇਸ ਤਾਂ ਏ ਇਵੈਂਟ ਕੋਈ ਜਿਹੜਾ ਫਾਊਂਡ ਹੋ ਜਾਂਦਾ ਆਪਾਂ ਨੂੰ ਕੀ ਆ ਕਿ ਆਲ 3 ਕਾਰਡਸ ਜਿਹੜੇ ਤਿੰਨੋਂ ਕਾਰਡ ਆ ਆਲ 3 ਕਾਰਡਸ ਆਰ ਸਪੇਸ ਤਿੰਨੋਂ ਕਾਰਡ ਸਪੇਸ ਹੋਣ ਠੀਕ ਹੈ ਇਹ ਆਪਣੀ ਏ ਇਵੈਂਟ ਹੋ ਗਿਆ ਤੇ ਈ ਟੂ ਈਵਨ ਕੀ ਹੁੰਦਾ ਇੱਥੇ ਗਲਤੀ ਤਾਂ ਕਈ ਵਾਰ ਬੱਚਾ ਕਹਿ ਲੈਂਦਾ ਵਾ ਕਿ ਕਾਰਡ ਲੌਸ ਹੋ ਗਿਆ ਜਾਂ ਨਹੀਂ ਹੋ ਗਿਆ ਦੇਖੋ ਜਿਹੜਾ ਕਾਰਡ ਲੌਸ ਹੋਇਆ ਨਾ ਉਹ ਐਕਸਪੈਰੀਮੈਂਟ ਤੋਂ ਪਹਿਲੀ ਹੋ ਗਿਆ ਠੀਕ ਹੈ ਤਾਂ ਉਹਨੂੰ ਆਪਾਂ ਏ ਇਵੈਂਟ ਦੀ ਮੰਨਣਾ ਹੁੰਦਾ ਆਪਾਂ ਕਈ ਬੱਚੇ ਏ ਇਵੈਂਟ ਉਹਨੂੰ ਮੰਨ ਲੈਂਦੇ ਕਿ ਕਾਰਡ ਲੌਸ ਹੋਇਆ ਜਿਹੜਾ ਉਹ ਏ ਇਵੈਂਟ ਤਾਂ ਉਹ ਪਹਿਲਾਂ ਹੀ ਹੋ ਚੁੱਕਿਆ ਉਦੋਂ ਬਾਅਦ ਐਕਸਪੈਰੀਮੈਂਟ ਸ਼ੁਰੂ ਹੋਇਆ ਤਾਂ ਐਕਸਪੈਰੀਮੈਂਟ 'ਚ ਆਪਾਂ ਦੇਖਿਆ ਕਿ 3 ਪੱਤੇ ਕੱਢੇ ਆ ਅਤੇ ਤਿੰਨੋਂ ਹੀ ਆਪਣੇ ਕੀ ਆ ਚੁੱਕੇ ਆ ਸਪੇਡ ਆ ਚੁੱਕੇ ਆ ਠੀਕ ਹੈ ਪੋਸੀਬਿਲਿਟੀ ਕੀ ਹੈ ਕਿ ਉਹ ਦੇਖੋ ਜਿਹਦੀ ਪ੍ਰੋਬੈਬਿਲਟੀ ਪੁੱਛੀ ਆ ਆਪਾਂ ਕਹਿੰਦੇ ਪ੍ਰੋਬੈਬਿਲਟੀ ਦੇ ਅੰਦਰ ਲੋਸਟ ਕਾਰਡ ਇਜ਼ ਆਲਸੋ ਅ ਸਪੇਡ ਕਿ ਲੋਸਟ ਕਾਰਡ ਵੀ ਕੀ ਹੋਵੇ ਸਪੇਡ ਹੋਵੇ ਇਹਦੀ ਪ੍ਰੋਬੈਬਿਲਿਟੀ ਕੀ ਹੈ ਤੇ ਦੂਜਾ ਪੁੱਛਿਆ ਆਪਾਂ ਨੂੰ ਜਾਂ ਆਪਾਂ ਆਪਦੇ ਆਪਾਂ ਲੈਣਾ ਕਿ ਲੋਸਟ ਕਾਰਡ ਨੋਟ ਅ ਸਪੇਡ ਦੂਜਾ ਜਿਹੜਾ ਈਵੈਂਟ ਹੋਊਗਾ ਕਾਰਡ ਸਪੇਡ ਦਾ ਨਾ ਹੋਵੇ ਤਾਂ ਪ੍ਰੋਬੈਬਿਲਿਟੀ ਆਪਾਂ ਨੂੰ ਪੁੱਛਦੇ ਹਾਂ ਹੁਣ ਇਹਦੀ ਚਾਹੀਦੀ ਕੀ ਦੀ ਆਪਾਂ ਨੂੰ ਕਿ ਇਹ ਹੋ ਚੁੱਕਿਆ ਕਰ ਤੇ ਪ੍ਰੋਬੈਬਿਲਿਟੀ ਕੱਢੋ ਕਿ ਲੋਸਟ ਕਾਰਡ ਵੀ ਸਪੇਡ ਹੋਵੇ ਤਾਂ 22 ਨੂੰ ਮੈਂ ਬਹੁਤ ਵਾਰ ਲਿਖ ਚੁੱਕਿਆ ਮੈਂ ਸਿੱਧਾ ਹੁਣ ਜੇ ਉਹਨੂੰ ਚਾਹੀਦਾ ਹੋ ਲਿਖ ਦਿੰਦਾ ਤਾਂ ਆਪਾਂ ਨੂੰ ਚਾਹੀਦਾ ਵਾ ਈਵਨ E2 EA/EVEN ਤੇ A/EVEN ਥੋੜੀ ਪ੍ਰੋਬੈਬਿਲਿਟੀ ਧਿਆਨ ਨਾਲ ਦੇਖ ਲੈਣੀ ਕਿਵੇਂ ਹੁੰਦੀ ਹੈ ਈਵਨ ਕਿ ਲੋਸਟ ਕਾਰਡ ਇਜ਼ ਅ ਸਪੇਡ ਹੁਣ ਇਹ ਆਪਾਂ ਪੁੱਛ ਰਹੇ ਕਿ ਕਾਰਡ ਲੋਸ ਹੋਣ ਦੀ ਪ੍ਰੋਬੈਬਿਲਿਟੀ ਹੁਣ ਇੱਥੇ ਆਪਾਂ ਮੰਨ ਕੇ ਚੱਲਾਂਗੇ ਆਪਣੇ ਕੋਲ 52 ਪੱਤੇ ਪੂਰੇ ਸੀ ਉਹਨਾਂ ਦੇ ਵਿੱਚੋਂ ਕਾਰਡ ਸਪੇਡ ਲੋਸ ਹੋ ਜਾਏ ਤਾਂ 52 ਕਾਰਡ ਦੇ ਵਿੱਚੋਂ ਸਪੇਡ ਕਿੰਨੇ ਹੁੰਦੇ ਆਪਣੇ ਕੋਲ 13 ਤਾਂ ਲੋਸਟ ਕਾਰਡ ਸਪੇਡ ਹੋਣ ਦੀ ਪ੍ਰੋਬੈਬਿਲਿਟੀ 13/52 ਹੁੰਦੀ ਦੇਖੋ ਪੇਪਰਾਂ 'ਚ ਨਾ ਪੁੱਤ ਇੱਕ ਧਿਆਨ ਰੱਖਿਆ ਕਰੋ ਜਿੱਥੇ ਬਾਹਲੀ ਰੀਜ਼ਨਿੰਗ ਨਾਲ ਜਾਓਗੇ ਨਾ ਤਾਂ ਉਲਝੇ ਹੋਗੇ ਪੇਪਰ ਤੋਂ ਆਪਾਂ ਦੋ ਤਿੰਨ ਦਿਨ ਪਹਿਲਾਂ ਤਿਆਰੀ ਕਰਨ ਦਾ ਇਹੀ ਫਾਇਦਾ ਹੁੰਦਾ ਕਿ ਆਪਣਾ ਦਿਮਾਗ ਯਾਦ ਰੱਖਦਾ ਉਹ ਚੀਜ਼ਾਂ ਨੂੰ ਜਿਹੜੀ ਚੀਜ਼ਾਂ ਯਾਦ ਰਹਿ ਸਕਦੀਆਂ ਹੁੰਦੀਆਂ ਉਹਨੂੰ ਜ਼ਿਆਦਾ ਦਿਮਾਗ ਲਾ ਕੇ ਨਾ ਕਰਿਆ ਕਰੋ ਪਹੁੰਚੋਗੇ ਤੇ ਸਿੱਧਾ ਹਿਸਾਬ ਰੱਖੇਗਾ ਕਿ ਆਪਾਂ ਪਤਾ ਹੀ ਮਤਲਬ ਕਿ 52 ਪੱਤੇ ਕਿਹੜੇ ਪੂਰੇ ਸੀਗੇ ਉਹਦੇ ਵਿੱਚੋਂ 13 ਪੱਤਿਆਂ 'ਚ ਕੋਈ ਆਪਣਾ ਸਪੇਡ ਲੋਸ ਹੋ ਜਾਏ ਤਾਂ 13/52 ਆ ਜਾਊ ਜਾਂ ਕੱਟੋਗੇ ਤਾਂ 1/4 ਤੇ ਕਾਰਡ ਸਪੇਡ ਦਾ ਨਾ ਲੋਸ ਹੋਵੇ ਠੀਕ ਹੈ ਤੇ ਜਿਹੜੇ ਬਾਕੀ ਪੱਤੇ ਉਹ ਲੋਸ ਹੋ ਜਾਏਗਾ ਮਤਲਬ ਕੋਈ ਵੀ ਹੋਰ ਤਾਂ ਬਾਕੀ ਪੱਤੇ 39 ਹੁੰਦੇ ਆ 39 'ਚੋਂ ਕੋਈ ਵੀ ਕਾਰਡ ਲੋਸ ਹੋ ਜਾਏ ਤਾਂ ਉਹਦੀ 39/9 3/4 ਲਿਖ ਸਕਦੇ ਹੁਣ ਇੱਧਰ ਧਿਆਨ ਦੇਣਾ ਥੋੜ੍ਹਾ ਜਿਹਾ ਇਹਦੇ ਈਵਨ ਹੋ ਚੁੱਕਿਆ ਹੁਣ ਇਹ ਈਵਨ ਹੋ ਚੁੱਕਿਆ ਤਾਂ ਜਦੋਂ ਹੋ ਚੁੱਕਿਆ ਤਾਂ ਆਪਾਂ ਗਿਣਤੀ ਘਟਾ ਦੇਣੀ ਉਹਨੇ ਦੀ ਹੁਣ ਟੋਟਲ ਪੱਤੇ 51 ਤੇ ਸਪੇਡ ਆਪਣੇ ਕੋਲੇ 12 ਇਹ ਚੀਜ਼ਾਂ ਧਿਆਨ ਰੱਖਿਓ ਠੀਕ ਹੈ ਜਦੋਂ ਆਪਾਂ ਈਵਨ ਹੋ ਚੁੱਕਿਆ ਮੰਨ ਰਹੇ ਹਾਂ ਹੁਣ ਇਹਨਾਂ ਦੇ ਵਿੱਚੋਂ 3 ਪੱਤੇ ਸਪੇਡ ਦੇ ਆਉਣ ਆਪਣੇ ਕੋਲੇ ਹੁਣ 3 ਪੱਤੇ ਸਪੇਡ ਦੇ ਆਉਣ ਤਾਂ ਆਪਾਂ 3 ਆ ਗਏ ਤਾਂ ਮਲਟੀਪਲਾਈ ਕਰੂੰਗਾ ਉਹਦੇ ਨਾਲ ਕੇਸ ਵਗੈਰਾ ਵੀ ਬਣਾਵਾਂਗੇ ਬੰਦ ਪੇ ਪਰ ਇੱਥੇ ਕੇਸ ਵੀ ਬਣ ਦਿੰਦੇ ਜੇ ਤਿੰਨੋਂ ਹੀ ਸਪੇਡ ਕਹਿਤਾ ਪਹਿਲਾ ਵੀ ਸਪੇਡ ਦੂਜਾ ਵੀ ਸਪੇਡ ਤੀਜਾ ਵੀ ਸਪੇਡ ਠੀਕ ਹੈ ਤਾਂ ਫਿਰ ਵੀ ਕੇਸ ਬਣ ਜੇ ਇਹੀ ਆਪਾਂ ਨੂੰ ਆ ਜਾਂਦਾ ਕਿ 2 ਸਪੇਡ ਚਾਹੀਦੇ ਆ 3 ਪੱਤੇ ਕੱਢੇ ਆ 2 ਪੱਤੇ ਸਪੇਡ ਦੇ ਆਉਣ ਫਿਰ ਕੇਸ ਬਣ ਗਿਆ ਆਪਣੇ ਕੋਲੇ ਫਿਰ ਬਣ ਗਿਆ ਪਹਿਲਾ ਦੂਜਾ ਸਪੇਡ ਆ ਗਿਆ ਤੀਜਾ ਸਪੇਡ ਨਹੀਂ ਆਇਆ ਜਾਂ ਪਹਿਲਾ ਤੀਜਾ ਸਪੇਡ ਆ ਗਿਆ ਦੂਜਾ ਸਪੇਡ ਨਹੀਂ ਆਇਆ ਜਾਂ ਫਿਰ ਪਹਿਲਾ ਤੇ ਪਹਿਲਾ ਸਪੇਡ ਨਹੀਂ ਆਇਆ ਦੂਜਾ ਤੀਜਾ ਸਪੇਡ ਆ ਗਿਆ ਉਹ 3 ਕੇਸ ਬਣਦੇ ਹੁੰਦੇ ਤਾਂ 3 ਨਾਲ ਮਲਟੀਪਲਾਈ ਕਰਨਾ ਹੁੰਦਾ ਜਾਂ ਹੋਰ ਕੁਛ ਨਹੀਂ ਕਰਨਾ ਹੁੰਦਾ ਪਰ ਇਹਦੇ ਵਿੱਚ ਤਿੰਨੋਂ ਕਾਰਡ ਹੀ ਸਪੇਡ ਚਾਹੀਦੀ ਆ ਤਾਂ ਇੱਥੇ ਇਕੱਲਾ ਤਾਂ ਇੱਕੋ ਕੇਸ ਬਣੂਗਾ ਪਹਿਲਾ ਵੀ ਸਪੇਡ ਦੂਜਾ ਵੀ ਸਪੇਡ ਤੀਜਾ ਵੀ ਸਪੇਡ ਤਾਂ ਪਹਿਲਾ ਸਪੇਡ ਹੋਣ ਦੀ ਪ੍ਰੋਬੈਬਿਲਟੀ 12 ਸਪੇਡ ਆ ਟੋਟਲ 15 ਬਣਦਾ
ਇਹ ਮੈਂਸ਼ਨ ਆ ਰਹੇ ਉਹਨੂੰ ਵਿਦਆਊਟ ਰਿਪਲੇਸਮੈਂਟ ਕੱਢਿਆ ਵਿਦਆਊਟ ਦਾ ਮਤਲਬ ਆਪਾਂ ਡਿਪੈਂਡੈਂਟ ਚ ਲੈਣਾ ਤੇ ਗਿਣਤੀ ਘਟਾਉਣੀ ਹੈ ਜੀ ਅਗਲਾ 11/50 ਤੇ 10/49 ਠੀਕ ਹੈ ਪੇਪਰ ਚ ਥੋੜਾ ਇੰਨਾ ਸਿੱਧਾ ਜਿਹਾ ਨਾ ਕਰਿਓ ਇੱਕ ਵਾਰੀ ਉਹ ਸ਼ੋਅ ਕਰਦਾ ਕਰੋ ਮਾੜਾ ਕਿ ਆਲ 3 ਸਪੀਡ ਦਾ ਮਤਲਬ ਪਹਿਲਾਂ ਫਸਟ ਵੀ ਸਪੀਡ ਸੈਕੰਡ ਵੀ ਸਪੀਡ ਤੇ ਥਰਡ ਵੀ ਸਪੀਡ ਵੀ ਲਿਖਦੇ ਕਰੋ ਥੋੜਾ ਜਿਹਾ ਫਿਰ ਉਦੋਂ ਬਾਅਦ ਮਲਟੀਪਲਾਈ ਕਰਕੇ ਭਰਦੇ ਕਰੋ ਐਂ ਵੀ ਕਰ ਦੋ ਚਲੋ ਗਲਤ ਨਹੀਂ ਕਰਨਾ ਕਿ ਤੁਹਾਡਾ ਕੋਈ ਪਰ ਕੰਮ ਕਰ ਨੰਬਰ ਕਟਾਉਣਾ ਲਿਖਿਆ ਵਧੀਆ A/E2 ਹੁਣ ਸਪੇਡ ਦਾ ਕਾਰਡ ਲੌਸ ਨਹੀਂ ਹੋਇਆ ਇਹਦਾ ਮਤਲਬ ਸਪੇਡ ਦੇ ਪੱਤੇ ਪੂਰੇ ਆ 13 ਪਰ ਕਾਰਡ ਲੌਸ ਜ਼ਰੂਰ ਹੋਇਆ ਵਾ ਕੋਈ ਹੋਰ ਹੋਇਆ ਵਾ ਤੇ ਟੋਟਲ 51 ਹੀ ਆ ਠੀਕ ਹੈ ਤੇ ਇਹਦੇ ਵਿੱਚੋਂ ਪਹਿਲਾ ਕਾਰਡ ਸਪੇਡ ਆ ਜੀ 13/51 ਦੂਜਾ ਸਪੇਡ 12/50 ਤੇ ਤੀਜਾ 11/49 ਠੀਕ ਹੈ ਆਹ ਪੋਸੀਬਿਲਿਟੀ ਆ ਗਈ ਇੱਥੇ ਭਰਦੇ ਹੋ ਥਿਊਰਮ ਚ ਪੂਰੀ ਚ ਤੇ ਆਨਸਰ ਜ਼ਰੂਰ ਗਿਆ ਜੀ ਕੌਮ ਕੱਢਦਾ ਕਰੋ ਠੀਕ ਹੈ ਤੇ ਕੈਲਕੂਲੇਸ਼ਨ ਕਰਦੇ ਹੁੰਦੇ ਆ ਇਹਦੇ ਚ ਤੇ ਇਹ ਸਾਰੇ 22 ਦੇ ਨੰਬਰ ਦੇ ਜਾਂ ਬੈਂਕ ਐਕਸਿਸ ਦੇ ਸਭ ਸੀਗੇ ਤੇ ਇਹ ਦੋ ਅਗਲਾ ਜਿਹੜਾ ਕੰਮ ਆ ਜਾਂਦਾ ਆਪਣਾ ਕੋਲ ਹੋ ਜਾਂਦਾ ਹੈਗਾ ਜਿਹੜੀ ਸੈਕੰਡ ਐਕਸਾਈਜ਼ ਆ ਜਾਂ ਫੋਰਥ ਸੈਕੰਡ ਤੇ ਫੋਰਥ ਦੋਨੋਂ ਇੱਕੋ ਹੀ ਐਕਸਾਈਜ਼ ਆ ਫਸਟ ਤੇ ਥਰਡ ਸੇਮ ਆ ਸੈਕੰਡ ਤੇ ਫੋਰਥ ਸੇਮ ਆ ਮਤਲਬ ਕਨਸੈਪਟ ਸੇਮ ਲੱਗਦੇ ਆ ਸੈਕੰਡ ਵਾਲੇ ਕਨਸੈਪਟ ਹੀ ਫੋਰਥ ਲੱਗਦੇ ਆ ਤੇ ਮੋਸਟਲੀ ਕਨਸੈਪਟ ਆ ਉਹ ਇੱਥੇ ਵਰਤ ਹੀ ਰਹੇ ਆ ਸੈਕੰਡ ਵਾਲੇ ਡਿਪੈਂਡੈਂਟ ਇੰਡੀਪੈਂਡੈਂਟ ਵਾਲੇ ਠੀਕ ਹੈ ਤੇ ਜਦੋਂ ਮੈਂ ਦੱਸ ਚੁੱਕਿਆ ਹਾਂ ਕਿ ਡਿਪੈਂਡੈਂਟ ਜਿਹੜੇ ਹੁੰਦੇ ਆ ਸਾਨੂੰ ਦੋ ਤਰ੍ਹਾਂ ਦੇ ਇਵੈਂਟਸ ਹੁੰਦੇ ਇੱਥੇ ਇੱਕ ਡਿਪੈਂਡੈਂਟ ਤੇ ਇੱਕ ਇੰਡੀਪੈਂਡੈਂਟ ਡਿਪੈਂਡੈਂਟ ਤੇ ਇੰਡੀਪੈਂਡੈਂਟ ਜੇ ਤੁਹਾਨੂੰ ਪਛਾਣ ਕਰਨੀ ਹੈ ਉਹ ਤੁਹਾਨੂੰ ਦੱਸ ਦਿੰਦਾ ਪਰ ਤੁਹਾਨੂੰ ਇਹ ਸਿੱਧਾ ਹੀ ਪਤਾ ਹੋਣਾ ਚਾਹੀਦਾ ਹੁੰਦਾ ਡਿਪੈਂਡੈਂਟ ਕਿਹੜੇ ਹੁੰਦੇ ਆ ਜਿਵੇਂ ਦੱਸ ਕੇ ਹਟਿਆ ਜਿਹੜੇ ਵਿਦਆਊਟ ਰਿਪਲੇਸਮੈਂਟ ਚਾਹੁੰਗੇ ਜੇ ਇੱਕ ਤੋਂ ਜ਼ਿਆਦਾ ਚੀਜ਼ਾਂ ਕੱਢਦੇ ਆਪਾਂ ਉਦੋਂ ਇੱਕ ਪੋਸੀਬਿਲਿਟੀ ਵਿਦਆਊਟ ਰਿਪਲੇਸਮੈਂਟ ਜਾਂ ਰੈਂਡਮਲੀ ਕੱਢ ਰਹੇ ਆਪਾਂ ਚੀਜ਼ਾਂ ਉਹ ਡਿਪੈਂਡੈਂਟ ਚਾਹੁੰਗੇ ਠੀਕ ਹੈ ਤੇ ਇੰਡੀਪੈਂਡੈਂਟ ਚ ਜੇ ਆਪਾਂ ਦੋ ਤੋਂ ਵੱਧ ਚੀਜ਼ਾਂ ਕੱਢ ਰਹੇ ਹਾਂ ਤੇ ਉਹ ਆਪਾਂ ਨੂੰ ਵਿਦ ਰਿਪਲੇਸਮੈਂਟ ਕੱਢਣੀ ਪੈਣੀ ਹੈ ਮਤਲਬ ਕਾਰਡ ਕੱਢ ਕੇ ਵਿੱਚ ਰੱਖਣਾ ਪਊਗਾ ਜਾਂ ਬਾਲ ਕੱਢ ਕੇ ਵਿੱਚ ਰੱਖਣੀ ਠੀਕ ਹੈ ਉਹ ਇੰਡੀਪੈਂਡੈਂਟ ਚਾਹੁੰਗੇ ਤੇ ਜਾਂ ਡਾਈ ਵਾਲੇ ਸਮ ਜਿਹੜੇ ਦੋ ਡਾਈ ਸਿੱਟੀਆਂ ਜਾਂ ਦੋ ਕੋਇਨ ਸਿੱਟੇ ਆ ਉਹ ਸਾਰੇ ਇੰਡੀਪੈਂਡੈਂਟ ਦੇ ਵਿੱਚ ਹੀ ਆ ਜਾਂਦੇ ਠੀਕ ਹੈ ਤਾਂ ਬਸ ਇਹ ਪਛਾਣ ਬੜੀ ਰੱਖਣੀ ਪੈਣੀ ਹੈ ਡਿਪੈਂਡੈਂਟ ਕਿਹੜੇ ਆ ਇੰਡੀਪੈਂਡੈਂਟ ਕਿਹੜੇ ਤੇ ਕੱਢਣ ਦਾ ਤਰੀਕਾ ਹੁੰਦਾ ਸੀ ਦਿੱਤਾ ਮੈਂ ਤੁਹਾਨੂੰ ਠੀਕ ਹੈ ਜਦੋਂ ਆਪਾਂ ਡਿਪੈਂਡੈਂਟ ਕਰਦੇ ਹਾਂ ਉਦੋਂ ਆਪਾਂ ਗਿਣਤੀ ਘਟਾ ਕੇ ਮਲਟੀਪਲਾਈ ਕਰਨੀ ਹੁੰਦੀ ਹੈ ਇੰਡੀਪੈਂਡੈਂਟ ਵਾਲੇ ਸਿੰਪਲ ਮਲਟੀਪਲਾਈ ਕਰਨੀ ਹੈ ਏ ਤੇ ਬੀ ਈਵਨ ਡਿਪੈਂਡੈਂਟ ਹੈ ਤਾਂ ਮਲਟੀਪਲਾਈ ਕਰ ਦਿਓ ਜੇ ਇੰਡੀਪੈਂਡੈਂਟ ਆ ਤਾਂ ਮਲਟੀਪਲਾਈ ਹੋ ਜੂ ਜੇ ਡਿਪੈਂਡੈਂਟ ਆ ਤਾਂ ਈਵਨ ਕਰ ਫਿਰ ਏ ਦੀ ਪ੍ਰੋਪਰਟੀ ਕੱਢ ਕੇ ਤੇ ਆਪਾਂ ਮੰਨਣਾ ਤਾਂ ਕਿ ਏ ਹੋ ਚੁੱਕੀ ਆ ਉਦੋਂ ਬਾਅਦ ਬੀ ਦੀ ਪ੍ਰੋਪਰਟੀ ਕੱਢ ਦਿੰਦੇ ਹਾਂ ਜੇ ਤਾਂ ਹੀ ਆਪਾਂ ਗਿਣਤੀ ਘਟਾ ਲੈਂਦੇ ਹਾਂ ਜਿਵੇਂ ਪਿਛਲਾ ਸਮ ਕੀਤਾ ਸੀ ਠੀਕ ਹੈ ਤਾਂ ਗਿਣਤੀ ਘਟਾ ਕੇ ਮਲਟੀਪਲਾਈ ਕਰਨਾ ਇਹ ਉਵੇਂ ਉਨੀ ਗਿਣਤੀ ਨੇ ਮਲਟੀਪਲਾਈ ਕਰ ਦੇਣਾ ਠੀਕ ਹੈ ਤੋੜ ਕੇ ਲਿਖ ਸਕਦੇ ਹਾਂ ਮਲਟੀਪਲਾਈ ਜਿਹੜੇ ਉਹਦੇ ਵਿੱਚ ਸਮ ਦੇ ਇਕੁਅਲ ਵਿੱਚ ਕਿਸ ਤਰ੍ਹਾਂ ਦੇ ਆਉਂਦੇ ਆ ਇੱਕ ਸਮ ਆ ਤੋਂ ਕਾਫੀ ਇਹ ਆਇਆ ਬੈਠਾ ਉਹਦੇ ਵਿੱਚ ਇਹ ਬਸ ਕਰਦੇ ਆਪਣੇ ਇੱਕ ਵਾਰੀ ਹੋਰ ਥੋੜ੍ਹਾ ਸਿੰਪਲ ਆ ਗਈ ਹਾਂ ਕੁਸ਼ਨ ਬਿਲਕੁਲ ਕਹਿੰਦੇ ਦੋ ਜਣੇ ਹੋਈ ਜਿਹੜਾ ਆਪਾਂ ਜੋਬ ਵਾਲਾ ਤੁਹਾਨੂੰ ਮੈਂ ਸ਼ੁਰੂ ਚ ਕਿਹਾ ਸੀ ਜੋਬ ਇੰਟਰਵਿਊ ਵਾਲਾ ਵੀ ਜਾਂ ਟਾਰਗੇਟ ਹਿੱਟ ਕਰਨ ਵਾਲਾ ਹੈ ਜਾਂ ਪ੍ਰੋਬਲਮ ਸੋਲਵ ਵਾਲਾ ਇਹ ਸਭ ਸਾਰੇ ਇੱਕੋ ਤਰ੍ਹਾਂ ਦੇ ਆ ਬਸ ਥੋੜ੍ਹੀ ਨਾਮ ਬਦਲ ਦਿੰਦੇ ਆ ਜਿਵੇਂ ਇੱਥੇ ਨਾ ਕਿਹਾ ਪ੍ਰੋਬਲਮ ਸੋਲਵ ਕਰ ਰਹੇ ਆ ਦੋ ਜਣੇ ਏ ਤੇ ਬੀ ਤੇ ਮੈਂਸ਼ਨ ਕਰਦਾ ਇੰਡੀਪੈਂਡੈਂਟਲੀ ਕਰਦੇ ਪਏ ਤੁਹਾਨੂੰ ਏ ਦੀ 1/2 ਆ ਸੋਲਵ ਕਰਨ ਦੀ ਪ੍ਰੋਬਿਲਿਟੀ ਬੀ ਦੀ 1/3 ਆ ਦੋਨੋਂ ਇਹ ਮੈਂਸ਼ਨ ਹੋਣਾ ਜ਼ਰੂਰੀ ਹੈ ਕਿਉਂਕਿ ਫਾਰਮੂਲਾ ਬਣਾਉਣਾ ਵੀ ਇੰਡੀਪੈਂਡੈਂਟਲੀ ਸੋਲਵ ਕਰ ਰਹੇ ਦੋਨੋਂ ਪ੍ਰੋਬਿਲਿਟੀ ਕੱਢੋ ਕਿ ਪ੍ਰੋਬਲਮ ਸੋਲਵ ਹੋ ਜਾਏ ਤੇ ਵੈਸੇ ਆਪਾਂ ਪਹਿਲਾਂ ਕਰ ਚੁੱਕੇ ਹਾਂ ਪ੍ਰੋਬਿਲਿਟੀ ਕੱਢੋ ਕਿ ਪ੍ਰੋਬਲਮ ਸੋਲਵ ਹੋ ਜਾਏ ਤਾਂ ਜਿਵੇਂ ਸ਼ੁਰੂ ਤੁਹਾਨੂੰ ਮੈਂ ਮੈਂਸ਼ਨ ਕੀਤਾ ਸੀਗਾ ਪ੍ਰੋਬਲਮ ਸੋਲਵ ਹੁੰਦਾ ਮਤਲਬ ਐਟਲੀਸਟ 1 of them ਸੋਲਵ ਕਰ ਪਾ ਕੋਈ ਵੀ ਇੱਕ ਜਣਾ ਸੋਲਵ ਕਰ ਦੇ ਇਹ ਪੁੱਛ ਰਹੇ ਆਪਾਂ ਇੱਕ ਸਦੋਂ ਕੀ ਪੁੱਛ ਰਹੇ ਆਪਾਂ ਨੂੰ ਇਹਨਾਂ ਦੋਵਾਂ ਦੀ ਯੂਨੀਅਨ ਪੁੱਛ ਰਹੇ ਆ ਯੂਨੀਅਨ ਕਿਵੇਂ ਨਿਕਲੂਗੀ ਜਾਂ ਤਾਂ ਤੁਸੀਂ ਆਹ ਮੈਥਡ ਸਿੰਪਲ ਲਾ ਸਕਦੇ ਹੋ ਕਿ ਦੋਵਾਂ ਦੀ ਪ੍ਰੋਬਿਲਿਟੀ ਪਲੱਸ ਤੇ ਇੰਟਰਸੈਕਸ਼ਨ ਦੀ ਪ੍ਰੋਬਿਲਿਟੀ ਕੀ ਕਰਦਾਂਗੇ ਆਪਾਂ ਮਾਈਨਸ ਕਰ ਦਾਂਗੇ ਠੀਕ ਹੈ ਤੇ ਜਾਂ ਕੇਸ ਤੇ ਨੰਬਰ ਆ ਸਕਦੇ ਨੇ ਜਿਹੜੇ ਮੈਂ ਪਹਿਲਾਂ ਦੱਸੇ ਸੀ ਦੋ ਤਰੀਕੇ ਨਾਲ ਮੈਨੂੰ ਕਰਕੇ ਦਿਖਾ ਦਿੰਦਾ ਦੇਖੋ ਏ ਦੀ ਪ੍ਰੋਬਿਲਿਟੀ 1/2 ਬੀ ਸੋਲਵ ਕਰਦੇ ਹੋਏ 1/3 ਹੈ ਦੋਨੋਂ ਇਕੱਠੇ ਇਹਦਾ ਮਤਲਬ ਹੁੰਦਾ ਦੋਨੋਂ ਇਕੱਠੇ ਸੋਲਵ ਕਰਦੇ ਤਾਂ ਜੇ ਉਹਨਾਂ ਕੋਲ ਇੰਡੀਪੈਂਡੈਂਟ ਕਿਹਾ ਹੋਇਆ ਵਾ ਤਾਂ ਇਹਨੂੰ ਕਿਵੇਂ ਲਿਖ ਸਕਦਾ ਮੈਂ ਪੀ ਏ ਇੰਟਰਸੈਕਸ਼ਨ ਨੂੰ ਮਲਟੀਪਲੇਸ ਕਰ ਸਕਦਾ ਪੀ ਏ ਇੰਟੂ ਬੀ ਬੀ
PA 1 by 2 है into PB 1 by 3 तो ये जो 1 by 2 plus 1 by 3 minus 1 by 6 LCM 6 आ जाएगा 3 plus 2 minus 1 4 by 6 property ऐड होगी problem solve हो जाएगा 2 by 3 ऐड होता है जहाँ ये वाला case बन गई था सिंपली तुम क्या सुनो case क्या था देखो कि A solve कर दे क्योंकि देखो जब तो problem solve किया था तीन possibility बन गया होते कि हमें only A solve कर दे या B solve कर दे या दोनों solve कर दे A solve कर दे मतलब कि A कर दे B ना करे एक तो possibility है second possibility A ना करे B कर दे या फिर third possibility ये पर लिखी है ਦੋਨੋਂ ਕਰਦੇ ਨੇ ਫਿਰ ਇਹ ਤਿੰਨਾਂ ਨੂੰ ਪਲੱਸ ਕਰਾਂਗੇ ਦੋਨੋਂ ਕੇਸਸ ਨੂੰ ਹੁਣ ਇਹਨੂੰ ਮਲਟੀਪਲਾਈ ਕਰ ਸਕਦੇ ਆਪਾਂ ਇੰਡੀਪੈਂਡੈਂਟ ਕਰਕੇ ਨਾ PA ਇੰਟੂ PB ਨਾਟ ਕਰ ਸਕਦੇ ਆ PA 1 ਬਾਈ 2 ਇੰਟੂ PB ਨਾਟ ਨਾਟ ਕੇ ਕੱਢਾਂਗੇ ਤਾਂ 1 ਚੋਂ ਮਾਈਨਸ ਕਰਕੇ 1 ਬਾਈ 3 ਨੂੰ 1 ਚੋਂ ਮਾਈਨਸ ਕੀਤਾ 2 ਬਾਈ 3 A ਨਾਟ 1 ਬਾਈ 2 ਇਹ ਨੂੰ ਮਾਈਨਸ ਕਰਕੇ ਇੰਟੂ PB ਤੇ ਦੋਨੋਂ ਹੀ ਕਰਦੇ ਨੇ 1 ਬਾਈ 2 ਇੰਟੂ 1 ਬਾਈ 3 LCM 6 ਆ ਗਿਆ ਸਾਰਿਆਂ ਦਾ 2 plus 1 plus 1 ਇਹ ਵੀ 4 by 6 ਹੀ ਹੈ ਤੇ ਦੋਨੋਂ ਤਰੀਕੇ ਨਾਲ ਹੀ ਕਰ ਸਕਦੇ ਹੋ ਜਿਹੜਾ ਤੁਹਾਨੂੰ ਸਹੀ ਲੱਗਿਆ ਠੀਕ ਹੈ ਸੈਕੰਡ ਪੁੱਛਿਆ ਆਪਾਂ ਐਗਜ਼ੈਕਟਲੀ 1 ਆਫ ਦੈਮ ਸੋਲਵ ਦਾ ਪ੍ਰੋਬਲਮ ਦੋਵਾਂ ਚੋਂ ਇੱਕ ਜਾਂ ਨਹੀਂ ਕਰੇ ਸੋਲਵ ਹੁਣ ਦੋਵਾਂ ਚ ਇੱਕ ਜਾਂ ਨਹੀਂ ਤੇ ਦੋ ਹੀ ਕੇਸ ਬਣ ਗਏ A ਸੋਲਵ ਕਰਦੇ ਨੇ B ਨਾ ਕਰੇ ਜਾਂ ਫਿਰ A ਨਾ ਕਰੇ B ਕਰੇ ਪਹਿਲੇ ਦੋ ਕੇਸ ਹੀ ਲਾਉਂਦੇ ਇੱਕ ਉਹਦੀ ਪ੍ਰੋਬਬਿਲਟੀ ਹੈ ਐਗਜ਼ੈਕਟਲੀ 1 ਆਫ ਦੈਮ ਜਿਹੜਾ ਇੰਟਰਵਿਊ ਵਾਲਾ ਸਮਝ ਗਿਆ ਤੇ ਦੋਵਾਂ ਚੋਂ ਕਹਿੰਦੇ ਇੱਕ ਜਣਾ ਹੀ ਸਿਲੈਕਟ ਹੋਵੇ ਸਿਰਫ ਉਹਦੀ ਪ੍ਰੋਬੈਬਿਲਟੀ ਕੀ ਹੁੰਦੀ ਉਹ ਆ ਦੋ ਚੀਜ਼ਾਂ ਲਾਉਂਦੇ ਤੁਸੀਂ ਠੀਕ ਹੈ ਜਾਂ ਟਾਰਗੇਟਡ ਵਾਲਾ ਕੁਐਸਚਨ ਆ ਗਿਆ ਕਿ ਦੋਵਾਂ ਚ ਇੱਕ ਜਣਾ ਹੀ ਟਾਰਗੇਟ ਨੂੰ ਹਿੱਟ ਕਰੇ ਐਗਜ਼ੈਕਟਲੀ ਇੱਕ ਕਰੇ ਤਾਂ ਉਹ ਆ ਪ੍ਰੋਬੈਬਿਲਟੀ ਹੁੰਦੀ ਹੈ ਠੀਕ ਹੈ ਜਦੋਂ ਕਹਿੰਦੇ ਟਾਰਗੇਟ ਹਿੱਟ ਹੋ ਜੇ ਜਾਂ ਪ੍ਰੋਬਲਮ ਸੋਲਵ ਹੋ ਜੇ ਜਾਂ ਕੋਈ ਵੀ ਦੋਵਾਂ ਚ ਇੱਕ ਜਣਾ ਸਿਲੈਕਟ ਹੋ ਜੇ ਐਟ ਲੀਸਟ 1 ਆਫ ਦੈਮ ਸਿਲੈਕਟ ਹੋ ਜੇ ਜੋਬ ਵਾਲਾ ਲੱਗਾ ਤਾਂ ਉਦੋਂ ਆ ਪਹਿਲਾਂ ਇਹਨੀ ਨਾਲ ਲੱਗਣਾ ਮੈਥਡ ਆ ਜਾਂ ਆ ਵੀ ਲੱਗ ਸਕਦਾ ਠੀਕ ਹੈ ਜੇ ਕਹਿੰਦੇ ਨੀਦਰ ਆਫ ਦੈਮ ਕੋਈ ਵੀ ਸਿਲੈਕਟ ਨਾ ਹੋਵੇ ਇਹ ਕੋਸਾ ਦੇ ਕੋਈ ਵੀ ਸਿਲੈਕਟ ਨਾ ਹੋਵੇ ਨਾ ਹੀ A ਹੋਵੇ ਨਾ ਹੀ B ਸਿਲੈਕਟ ਹੋਵੇ ਦੋਵਾਂ ਚ ਕੋਈ ਵੀ ਨਹੀਂ ਸਿਲੈਕਟ ਹੋਇਆ ਇਹਦਾ ਮਤਲਬ ਕੀ ਪੁੱਛ ਰਿਹਾ ਆਪਾਂ ਨੂੰ ਨੀਦਰ A ਨੋਰ B ਤਾਂ ਕਿਵੇਂ ਕਹਿ ਸਕਦੇ ਨੂੰ 1 ਦੇ ਵਿੱਚ ਯੂਨੀਅਨ ਨੂੰ ਮਾਈਨਸ ਕਰਦਾ ਯੂਨੀਅਨ ਤੁਸੀਂ ਕੱਢੀ ਦੀ ਸੀ 4 ਬਾਈ 6 ਤਾਂ 1 ਚ 4 ਬਾਈ 6 ਮਾਈਨਸ ਕਰ ਦਿਓ ਤਾਂ 2 ਬਾਈ 6 ਜਾਂ 1 ਬਾਈ 3 ਪ੍ਰੋਬਬਿਲਟੀ ਆ ਗਈ ਕਿ ਦੋਨੋਂ ਹੀ ਸਿਲੈਕਟ ਨਾ ਹੋ ਨਾ A ਹੋ ਰਿਹਾ ਨਾ ਹੀ B ਹੋ ਰਿਹਾ ਜੇ ਪੁੱਛਣਗੇ ਓਨਲੀ A ਸਿਲੈਕਟ ਹੋਵੇ ਓਨਲੀ A ਕੱਲਾ ਹੈ A ਓਨਲੀ A ਦਾ ਮਤਲਬ ਇਹ ਹੋ ਗਿਆ ਕਿ A ਸਿਲੈਕਟ ਹੋ ਜੇ ਬਟ B ਨਾ ਹੋਵੇ ਆ ਪੁੱਛ ਰਿਹਾ ਆਪਾਂ ਇਹਨੂੰ ਕੀ ਮੈਂ ਲਿਖ ਸਕਦੇ ਆਪਾਂ PA ਇੰਟੂ PB ਨਾਟ ਇਹ ਓਨਲੀ A ਆ ਜੇ ਠੀਕ ਹੈ ਪਰ ਇਹ ਮਲਟੀਪਲ ਉਹਦੀ ਲੱਗਣਾ ਜਦੋਂ ਇੰਡੀਪੈਂਡੈਂਟ ਹੋਏ ਕੇਸ ਪਰ ਇਹੀ ਕੁਐਸਚਨ ਅਗਰ ਆਪਣਾ ਓਨਲੀ A ਦਾ ਆ ਜਾਂਦਾ ਵਾ ਡਿਪੈਂਡੈਂਟ ਵਾਲੇ ਚ ਇਹ ਕੁਐਸਚਨ ਹੈਗਾ ਐਨਸੀਈਆਰਟੀ ਦੇ ਲਾਸਟ ਕੁਐਸਚਨ ਆ ਸੈਕੰਡ ਐਕਸਰਸਾਈਜ਼ ਚ ਓਨਲੀ A ਆ ਗਿਆ ਡਿਪੈਂਡੈਂਟ ਦੇ ਵਿੱਚ ਫਿਰ ਆਪਾਂ ਵੈਨ ਡਾਇਗ੍ਰਾਮ ਦੀ ਬੜੀ ਕਰਾਂਗੇ ਓਨਲੀ A ਦਾ ਮਤਲਬ ਕਿਹੜਾ ਵਾ ਆ ਏਰੀਆ ਤਾਂ ਇਹ ਏਰੀਆ ਕਿਵੇਂ ਕੱਢਾਂਗੇ ਆਪਾਂ ਓਨਲੀ A ਦਾ ਪੂਰੇ A ਦੇ ਵਿੱਚੋਂ ਦੋਵਾਂ ਦੇ ਕਾਮਨ ਵਾਲੇ ਮਾਈਨਸ ਕਰ ਦਾਂਗੇ A ਦੇ ਵਿੱਚੋਂ ਠੀਕ ਹੈ ਜਿਹੜੇ ਦੋਵਾਂ ਦੇ ਕਾਮਨ ਆ ਇੰਟਰਸੈਕਸ਼ਨ ਆ ਉਹ ਮਾਈਨਸ ਹੋ ਉਹ ਓਨਲੀ A ਆ ਠੀਕ ਹੈ ਉਦੋਂ ਆਈ ਕਰਾਂਗੇ ਆਪਾਂ ਜਦੋਂ ਆਪਾਂ ਨੂੰ ਇੰਡੀਪੈਂਡੈਂਟ ਕਿਹਾ ਹੋਇਆ ਤਾਂ ਫਿਰ ਮਤਲਬ ਇੱਕੋ ਹੀ ਵਸਾ ਦਾ ਬੰਦਾ ਪਰ ਉਹਨੂੰ ਮਲਟੀਪਲਾਈ ਕਰਕੇ ਕਰ ਸਕਦੇ ਆਪਾਂ ਠੀਕ ਹੈ ਇੱਥੇ ਆਪਾਂ ਨੂੰ ਮਾਈਨਸ ਕਰਕੇ ਕਰਨਾ ਗੂਗਲ ਆ ਜੀ ਤਾਂ ਇਹ ਸਭ ਤੁਹਾਨੂੰ ਆ ਸਕਦਾ ਸੈਕੰਡ ਐਕਸਰਸਾਈਜ਼ ਦੇ ਬੇਸ ਤੇ ਜ਼ਿਆਦਾ ਹੀ ਹੋ ਜਾਂਦੇ ਆ ਮੋਸਟਲੀ ਸਭ ਪੇਪਰ ਚ ਇੱਕ ਆ ਕੁਐਸਚਨ ਬਹੁਤ ਇੰਪੋਰਟੈਂਟ ਐਨਸੀਟੀ ਵਿੱਚ ਐਗਜ਼ਾਮਪਲ ਦੇ ਵਿੱਚ ਆਉਂਦਾ ਹੈ ਕਿ ਦੋ ਬੰਦੇ ਆ ਕਿਸੇ ਵੀ ਗੱਲ ਦੇ ਉੱਪਰ ਨੈਕਸਟ ਸੱਚ ਸੁਣ ਰਿਹਾ ਕਿ